ਨਵਨੇ ਦਾ ਨਾਮ ਨੇ ਦਾਣ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਨਿਆ ਝੂਰ ਨੇੜੇ ਦਿਸੇ ਮਾਤ ਲੋਕ ਤੁਧ ਸੁਝੈ ਦੂਰ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਦੋਹਰਾ ਇੱਕ ਦਿਨ ਸ੍ਰੀ ਅੰਗਦ ਗੁਰੂ ਦੇਖਣ ਗੋਵਿੰਦਵਾਲ ਭਏ ਤਿਆਰ ਚਲ ਬੇ ਤਹਾਰ ਰਦਾ ਵਿਸਾਲ ਕਿਰਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਇੱਕ ਦਿਨ ਸ੍ਰੀ ਅੰਗਦ ਗੁਰੂ ਦੇਖਣ ਗੋਵਿੰਦਵਾਲ ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸ ਪਹਿਲੀ ਅਧਿਆਏ 20ਵਾਂ ਗੁਰ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਜੇ ਵਿੱਚ ਹਨ ਸ੍ਰੀ ਅਮਰਦਾਸ ਸਾਹਿਬ ਜੀ ਨੂੰ ਆਪ ਜੀ ਨੇ ਗੋਵਿੰਦਵਾਲ ਸਾਹਿਬ ਵਸਾਉਣ ਵਾਸਤੇ ਤੇ ਉੱਥੇ ਹੀ ਵਸਣ ਵਾਸਤੇ ਸਤਿਗੁਰਾਂ ਨੇ ਇਹੀ ਹੁਕਮ ਕੀਤਾ ਸਾਖੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਦਾ ਧਿਆਨ 24 ਘੰਟੇ ਹਰ ਵੇਲੇ ਹਰ ਸਵਾਸ ਦੇ ਨਾਲ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਹਨ ਹਰ ਵੇਲੇ ਸਤਿਗੁਰਾਂ ਨੂੰ ਚੇਤੇ ਕਰਦੇ ਹਨ ਤੇ ਇਹੇ ਪ੍ਰੇਮ ਦੀ ਡੋਰ ਦੀ ਖਿੱਚ ਜਿਹੜੀ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਦੇ ਵਿੱਚ ਉਹ ਆਪਣੇ ਆਪ ਮੁਹਾਰੇ ਖਿੱਚਦੀ ਹੈ ਸਾਖੀ ਇੱਥੋਂ ਸ਼ੁਰੂ ਹੁੰਦੀ ਹੈ ਅੱਜ ਦੀ ਇੱਕ ਦਿਨ ਸ੍ਰੀ ਅੰਗਦ ਗੁਰੂ ਦੇਖਣ ਗੋਵਿੰਦਵਾਲ ਇੱਕ ਦਿਨ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਗੋਵਿੰਦਵਾਲ ਸਾਹਿਬ ਨੂੰ ਦੇਖਣ ਵਾਸਤੇ ਉਹ ਜਿਹੜਾ ਸਥਾਨ ਹਨ ਜਿਹੜੇ ਹੁਣ ਤੱਕ ਬਣੇ ਹਨ ਕਿਸ ਤਰ੍ਹਾਂ ਗੋਵਿੰਦਵਾਲ ਸਾਹਿਬ ਦਾ ਪਿੰਡ ਵਸਿਆ ਹੈ ਉਹ ਦੇਖਣ ਵਾਸਤੇ ਭਏ ਤਿਆਰ ਚਲਵੇ ਤਹਾਂ ਰਦਾ ਵਿਸਾਲ ਕਿਰਪਾਲ ਰਦਾ ਵਿਸਾਲ ਜੋ ਵੱਡੇ ਹਿਰਦੇ ਵਾਲੇ ਹਨ ਜੋ ਅੰਗਰੇਜ਼ੀ ਚ ਆਪਾਂ ਜੈਨਰਸ ਕਹਾਂਗੇ ਕਿਰਪਾ ਦੇ ਘਰ ਹਨ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਤਿਆਰ ਹੋ ਗਏ ਚੱਲਣ ਵਾਸਤੇ ਖਡੂਰ ਸਾਹਿਬ ਤੋਂ ਗੋਵਿੰਦਵਾਲ ਸਾਹਿਬ ਨੂੰ ਚੌਪਈ ਸਨੇ ਸਨੇ ਪਾਗ ਸੋ ਮਗ ਚਲੇ ਹੌਲੀ ਹੌਲੀ ਆਪਣੇ ਚਰਨ ਧਰਤੀ ਨੂੰ ਪਵਿੱਤਰ ਕਰਦੇ ਹੋਏ ਸਤਿਗੁਰੂ ਜੀ ਚੱਲੇ ਹਨ ਪ੍ਰੇਮ ਡੋਰ ਮਹਿ ਫਸ ਕਰ ਭਲੇ ਦੇਖੋ ਇਹ ਪ੍ਰੇਮ ਦੀ ਡੋਰ ਐਸੀ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਇੰਨੀ ਖਿੱਚ ਪਈ ਕਿ ਸਤਿਗੁਰੂ ਜੀ ਠਹਿਰ ਨਾ ਸਕੇ ਉਸੇ ਵੇਲੇ ਸਤਿਗੁਰਾਂ ਜੀ ਨੇ ਚਾਲੇ ਪਾਏ ਜਸ ਦੇਨ ਸਤਗੁਰ ਅਮਰ ਅਰਾਧੇ ਰਾਤ ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਰਾਧਨਾ ਕਰਦੇ ਹਨ ਯਾਦ ਕਰਦੇ ਹਨ ਗੁਰੂ ਅੰਗਦ ਦੇਵ ਜੀ ਨੂੰ ਆਏ ਇਹਾ ਪਖ ਅਗਮ ਅਗਾਦੇ ਸਤਿਗੁਰਾਂ ਦੀ ਇਹੀ ਇੱਛਾ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕਿ ਕਿਦੇ ਗੁਰੂ ਅੰਗਦ ਦੇਵ ਜੀ ਆਪਣੇ ਚਰਨ ਆ ਕੇ ਗੋਵਿੰਦਵਾਲ ਸਾਹਿਬ ਚ ਪਾਉਣ ਬੈਠੇ ਧਿਆਨ ਲਾਏ ਕਰ ਐਸੇ ਇਸ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਚੌਂਕੜਾ ਮਾਰ ਕੇ ਸਤਿਗੁਰ ਜੀ ਆਪਣੇ ਧਿਆਨ ਦੇ ਵਿੱਚ ਆਉਂਦੇ ਹਨ ਗੁਰੂ ਅੰਗਦ ਦੇਵ ਜੀ ਨੂੰ ਰਹੇ ਹੋ ਗयो ਨਹ ਗੁਰ ਤੇ ਕੈਸੇ ਇਸ ਕਰਕੇ ਕਿਸੇ ਤਰ੍ਹਾਂ ਵੀ ਗੁਰੂ ਅੰਗਦ ਸਾਹਿਬ ਜੀ ਤੋਂ ਰਿਹਾ ਨਹੀਂ ਗਿਆ ਜਦੋਂ ਆਪਣੇ ਸੇਵਕ ਦੀ ਪ੍ਰੇਮ ਦੀ ਡੋਰ ਦੇ ਖਿੱਚ ਪਈ ਖਿੱਚੇ ਪ੍ਰੇਮ ਤੇ ਮਾਰਗ ਚਲੇ ਖਿੱਚੇ ਹੋਏ ਪ੍ਰੇਮ ਦੇ ਜੁਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਾਰਗ ਪੈ ਗਏ ਮਹਾਰਾਜ ਨੇ ਆਪਣੇ ਕਦਮਾਂ ਦੇ ਨਾਲ ਸਤਿਗੁਰੂ ਜੀ ਇੱਕ ਇੱਕ ਕਦਮ ਕਰਦੇ ਹੋਏ ਗੋਵਿੰਦਵਾਲ ਸਾਹਿਬ ਵੱਲ ਚੱਲੇ ਬੰਦ ਹੈ ਚਰਣ ਜੋ ਬਾਹਰ ਮਿਲੇ ਦੇਖੋ ਬੰਦ ਹੈ ਕਹਿੰਦੇ ਰਸਤੇ ਵਿੱਚ ਜੋ ਵੀ ਗੁਰਸਿੱਖ ਪ੍ਰਾਣੀ ਮਿਲਦਾ ਹੈ ਉਹ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦਾ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰੂ ਅਮਰਦਾਸ ਜੀ ਨੇ ਦੇਖੋ 12 ਸਾਲ ਸੇਵਾ ਕਰਕੇ ਆਪਣੇ ਗੁਰੂ ਨੂੰ ਰਜਾ ਲਿਆ ਖੁਸ਼ ਕਰ ਲਿਆ ਦੇਖੋ ਉਹ ਕਦਮ ਜਿਹੜੇ ਸਾਰੀ ਦੁਨੀਆ ਉਹ ਕਦਮਾਂ ਦੇ ਪਰਸਨ ਵਾਸਤੇ ਮੱਥਾ ਟੇਕਣ ਵਾਸਤੇ ਚੱਲ ਕੇ ਆਉਂਦੀ ਹੈ ਦੂਰੋਂ ਦੂਰੋਂ ਉਹੀ ਕਦਮ ਅੱਜ ਸਤਿਗੁਰੂ ਦੇ ਮੁਬਾਰਕ ਜਿਹਰੇ ਹਨ ਕਦਮ ਆਪ ਸਤਿਗੁਰੂ ਜੀ ਆਪਣੇ ਸੇਵਕ ਨੂੰ ਦਰਸ਼ਨ ਦੇਣ ਵਾਸਤੇ ਚੱਲੇ ਹਨ ਦੇਖੋ ਗੁਰੂ ਐਸੇ ਗਰੀਬ ਨਿਵਾਜ ਹਨ ਕਿਨ ਹੋ ਕੀਨ ਸੁਧ ਸ੍ਰੀ ਗੁਰ ਆਏ ਕਿਸੇ ਨੇ ਜਾ ਕੇ ਗੁਰੂ ਅੰਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਉਣ ਦੀ ਖਬਰ ਗੁਰੂ ਅਮਰਦਾਸ ਜੀ ਨੂੰ ਜਾਦ ਦਿੱਤੀ ਸੁਣ ਸ੍ਰੀ ਅਮਰਦਾਸ ਹਰ ਖਾਏ ਇਹ ਸੁਣ ਕਰਕੇ ਗੁਰੂ ਅਮਰਦਾਸ ਜੀ ਬਹੁਤ ਪਰਸਨ ਖੁਸ਼ ਹੋਏ ਮੇਨ ਹੇਤ ਉੱਠ ਚਲੇ ਅਗਾਰੀ ਮਹਾਰਾਜ ਦੇ ਸਤਕਾਰ ਵਾਸਤੇ ਗੁਰੂ ਅਮਰਦਾਸ ਮਹਾਰਾਤੋ ਰਿਹਾ ਨਹੀਂ ਗਿਆ ਉਸੇ ਵੇਲੇ ਉੱਠ ਕੇ ਖੜੇ ਹੋ ਗਏ ਤੇ ਭਜੇ ਜਿੱਧਰ ਨੂੰ ਗੁਰੂ ਅੰਗਦ ਦੇਵ ਜੀ ਆ ਰਹੇ ਸਨ ਦਰਸ਼ਨ ਮਿਲ ਹੈ ਛੋਟੇ ਉਦਰੇ ਗਬਾਰੀ ਦੇਖੋ ਦਰਸ਼ਨ ਕਰਦਿਆਂ ਸਾਰ ਹੀ ਬਾਬਾ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਅੱਖਾਂ ਵਿੱਚੋਂ ਅਥਰੂ ਆ ਗਏ ਕਹਿੰਦੇ ਅਥਰਾਂ ਦੀ ਜਿਹੜੀ ਹੈ ਨਦੀ ਵਗ ਚੱਲੀ ਇਹ ਵਿਰਾਗ ਦੇ ਜਿਹੜੇ ਅਥਰੂ ਹਨ ਇਹ ਸਤਿਗੁਰੂ ਦੇ ਪ੍ਰੇਮ ਦੇ ਹਨ ਗੁਰੂ ਅਮਰਦਾਸ ਜੀ ਤੋਂ ਰਿਹਾ ਨਾ ਗਿਆ ਕੇਤਕ ਦੂਰ ਆਗਮਨ ਆਏ ਕਿੰਨੇ ਦੂਰ ਗੁਰੂ ਅਮਰਦਾਸ ਜੀ ਭੱਜ ਕੇ ਆਏ ਆਪਣੇ ਗੁਰੂ ਪਿਆਰੇ ਨੂੰ ਲੈਣ ਵਾਸਤੇ ਦਰਸ਼ਨ ਦੇਖੇ ਤਨ ਪੁਲਕਾਏ ਦੇਖੋ ਦਰਸ਼ਨ ਕਰਦਿਆਂ ਹੋਇਆਂ ਤਨ ਪੁਲਕਾਏ ਗੂਸ ਬੰਸ ਹੋ ਗਏ ਇੰਨੇ ਖੁਸ਼ ਹੋਏ ਬਾਣੀ ਗਦਗਦ ਹੋ ਗਈ ਬੋਲਣ ਬੋਲਣਾ ਚਾਹੁੰਦੇ ਪਰ ਬੋਲਿਆ ਨਹੀਂ ਜਾਂਦਾ ਹੁਣ ਬੋਲਿਓ ਜਾਏ ਨਾ ਗਦਗਦ ਬਾਣੀ ਦੇਖੋ ਗਦਗਦ ਹੋਈ ਬਾਣੀ ਬੋਲਿਆ ਨਹੀਂ ਜਾਂਦਾ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਹੱਥ ਜੋਰ ਕਰ ਤੂਸਨ ਠਾਨੀ ਹੱਥ ਜੋੜ ਕਰਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਡੀਕ ਕਰ ਰਹੇ ਹਨ ਤੇ ਬਸ ਤੂਸਨ ਚੁੱਪ ਹੀ ਕਰ ਗਏ ਹੁਣ ਇੱਕ ਵੀ ਬਚਨ ਨਾ ਕਿਹਾ ਗਿਆ ਉਸ ਬਾਬਾ ਅਮਰਦਾਸ ਜੀ ਤੋਂ ਦਾਸ ਦਸਾ ਕੋ ਦੇਖ ਕੇ ਪਾਲਾ ਦਾਸ ਦੀ ਦਸ਼ਾ ਹਾਲਾਤ ਗੁਰੂ ਅੰਗਦ ਦੇਵ ਜੀ ਨੇ ਜਦੋਂ ਬਾਬਾ ਅਮਰਦਾਸ ਜੀ ਦੀ ਦੇਖੀ ਕਰਸੋਂ ਕਰਗ ਹੈ ਕਰ ਤਿਸ ਕਾਲਾ ਜਦੋਂ ਬਾਬਾ ਅਮਰਦਾਸ ਜੀ ਧਰਤੀ ਤੇ ਲੰਮੇ ਪੈ ਗਏ ਨਮਸਕਾਰ ਕਰਨ ਵਾਸਤੇ ਉਸ ਵੇਲੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਹਾਂ ਮੋਢਿਆਂ ਤੋਂ ਪਕੜ ਕਰਕੇ ਗੁਰੂ ਅਮਰਦਾਸ ਜੀ ਨੂੰ ਉਠਾਇਆ ਉਠਾ ਕਰਕੇ ਤੇ ਆਪਣੇ ਗਲਵਖੜੀ ਵਿੱਚ ਲਿਆ ਭਰਿਓ ਅੰਕ ਨਿਜ ਗਰੇ ਲਗਾਇਓ ਗਲੇ ਲਾਲੇ ਆਪਣੇ ਦਾਸ ਆਪਣੇ ਸੇਵਕ ਆਪਣੇ ਪਿਆਰੇ ਬਾਬਾ ਅਮਰਦਾਸ ਜੀ ਬਹੁ ਪ੍ਰਕਾਰ ਕੋ ਸੁਜਸ ਅਲਾਇਓ ਬਹੁਤ ਪ੍ਰਕਾਰ ਕਰਕੇ ਬਹੁਤ ਜਿਹੜੇ ਹਨ ਮਹਾਰਾਜ ਗੁਰੂ ਅਮਰਦਾਸ ਜੀ ਦੇ ਗੁਣ ਜਿਹੜੇ ਹਨ ਗੁਰੂ ਅੰਗਦ ਦੇਵ ਜੀ ਨੇ ਕਹਿ ਕੇ ਕੀਤੇ ਧਨ ਜਨਮ ਤੇਰਾ ਜਗ ਭਇਓ ਦੇਖੋ ਗੁਰੂ ਕਹਿ ਰਿਹਾ ਆਪਣੇ ਸਿੱਖ ਨੂੰ ਕਿ ਧਨ ਹੈ ਤੇਰਾ ਜਨਮ ਇਸ ਜਗ ਵਿੱਚ ਆਇਆ ਪ੍ਰੇਮ ਵਿਸਾਲ ਮੋਹੇ ਬਸ ਕਹਿਓ ਕਹਿੰਗੇ ਪ੍ਰੇਮ ਤੇਰਾ ਇੰਨਾ ਜ਼ਿਆਦਾ ਹੈ ਕਿ ਤੂੰ ਮੰਨੋ ਆਪਣੇ ਵਸ ਵਿੱਚ ਕਰ ਲਿਆ ਤੇ ਦੇਖੋ ਗੁਰੂ ਅੰਗਦ ਦੇਵ ਜੀ ਕਹਿ ਰਹੇ ਹਨ ਕਹਿੰਦੇ हे ਆਪਣੇ ਸੇਵਕ ਨੂੰ ਬਾਬਾ ਅਮਰਦਾਸ ਜੀ ਨੂੰ ਤੇਰਾ ਪ੍ਰੇਮ ਇੰਨਾ ਸੱਚਾ ਹੈ ਕਿ ਮੈਂ ਤੇਰੇ ਵਸ ਵਿੱਚ ਹਾਂ ਹੁਣ ਮੇਰੀ ਬੰਦੀ ਭਗਤ ਸ਼ਰਾਵ ਹੈ ਬੰਦੇ ਭਗਤ ਨਾਲ ਛੁਟੇ ਮੋਹ ਹੈ ਜਹਾਂ ਅਰਧ ਹੈ ਕਰ ਕਹਿ ਪ੍ਰੇਮ ਦੇਖੋ ਜਹਾਂ ਅਰਧ ਹੈ ਕਹਿੰ ਲਗੇ ਜਿੱਥੇ ਵੀ ਮੇਰਾ ਸਿੱਖ ਮੇਰੀ ਅਰਦਾਸਨਾ ਕਰੇਗਾ ਪ੍ਰੇਮ ਦੇ ਨਾਲ ਜਿੱਥੇ ਵੀ ਮੇਰਾ ਸਿੱਖ ਪਿਆਰ ਦੇ ਨਾਲ ਅਰਦਾਸ ਕਰੇਗਾ ਤਹ ਮੈਂ ਪਹੁੰਚੋ ਇਹ ਮਮ ਨੇਮ ਇਹ ਸਾਡਾ ਨੇਮ ਹੈ ਗੁਰੂ ਅੰਗਦ ਦੇਵ ਜੀ ਕਹਿੰਦੇ ਸਤੋ ਰਿਆ ਨਹੀਂ ਜਾਂਦਾ ਅਸੀਂ ਉਹੀ ਥਾਂ ਤੇ ਪਹੁੰਚ ਜਾਂਦੇ ਹਾਂ ਪਾਵੇਂ ਉਹ ਕਿੰਨਾ ਨੇੜੇ ਪਾਵੇਂ ਦੂਰ ਹੋਵੇ ਪਾਵੇਂ ਲੋਕ ਹੋਵੇ ਪਰ ਲੋਕ ਹੋਵੇ ਕਿਤੇ ਵੀ ਹੋਵੇ ਕਹਿੰਦੇ ਮੇਰਾ ਸਿੱਖ ਜਦੋਂ ਮੈਨੂੰ ਚੇਤੇ ਕਰਦਾ ਹੈ ਨਾ ਮੈਂ ਉੱਥੇ ਹੀ ਪਹੁੰਚਦਾ ਹਾਂ ਜਿਹੜਾ ਹਾਂ ਮੈਂ ਆਪਣੇ ਸਿੱਖ ਦੀ ਅਰਦਾਸ ਬਿਰਥੀ ਨਹੀਂ ਜਾਣ ਦਿੰਦਾ ਆਜ ਬੈਠ ਕਰ ਤੋਹੇ ਅਰਾਧਿਓ ਦੇਖੋ ਕਹਿੰਦੇ ਅੱਜ ਤੇਰਾ ਹਨ ਬੈਠ ਕਰ ਤੋਹੇ ਅਰਾਧਿਓ ਤੂੰ ਸਾਨੂੰ ਅਰਧਨਾ ਕੀਤੀ ਹੈ ਸਾਡੀ ਇੰਨਾ ਪ੍ਰੇਮ ਦੀ ਡੋਰ ਜਿਹੜੀ ਹੈ ਉਹ ਖਿੱਚ ਸਾਨੂੰ ਪਈ ਅਜ ਆਇਓ ਤੁਰਤ ਪ੍ਰੇਮ ਤੇ ਬਾਧਿਓ ਤੇਰੇ ਪ੍ਰੇਮ ਦੇ ਬੰਨੇ ਹੋਏ ਅਸੀਂ ਤੇਰੇ ਵੱਲ ਤੁਰ ਕੇ ਆਗੇ ਹਾਂ ਬਹੁਤੇ ਰਹਿਓ ਜਾਤ ਤਬ ਨਹੀਂ ਕਹ ਲਿਈ ਸਾਤੋ ਉਸ ਵੇਲੇ ਰਿਆ ਨਹੀਂ ਗਿਆ ਜਦੋਂ ਤੇਰੀ ਪ੍ਰੇਮ ਦੀ ਡੋਰ ਦੀ ਖਿੱਚ ਪਈ ਪ੍ਰੇਮ ਸਮੇਤ ਧਿਆਇ ਮਨ ਮਾਹੀ ਦੇਖੋ ਤੂੰ ਸਿਰਫ ਸਾਨੂੰ ਧਿਆਇਆ ਨਹੀਂ ਤੂੰ ਪ੍ਰੇਮ ਦੇ ਨਾਲ ਧਿਆਇਆ ਤੂੰ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਸਾਨੂੰ ਜਿਹੜਾ ਹੈ ਯਾਦ ਕੀਤਾ ਹੈ ਤੋ ਵਹਿਤ ਕਰ ਆਇਓ ਇਤ ਔਰ ਇਸ ਕਰਕੇ ਅਸੀਂ ਇੱਥੇ ਆਇਆ ਕੇਵਲ ਤੇ ਕੇਵਲ ਤੰਨੂ ਦਰਸ਼ਨ ਦੇਣ ਵਾਸਤੇ ਆਇਆ ਤੇਰੇ ਵਾਸਤੇ ਹੀ ਆਇਆ ਹਾਂ ਚੱਲ ਕੇ 10 ਕਿਲੋਮੀਟਰ ਜਿਹੜੇ ਹਨ ਉਹ فاਸਲਾ ਅਸੀਂ ਤਾਂ ਕੀਤਾ ਤੇਰੇ ਵਾਸਤੇ ਕੀਤਾ ਹੈ ਚਲੋ ਦਿਖਾਓ ਆਪਣੀ ਠੌਰ ਚੱਲ ਫੇਰ ਕਹਿੰਦੇ ਹੁਣ ਬਾਬਾ ਅਮਰਦਾਸ ਜੀ ਨੂੰ ਕਹਿੰਦੇ ਗੁਰੂ ਅੰਗਦ ਦੇਵ ਜੀ ਇਹ ਸਾਰਾ ਗੋਵਿੰਦ왈 ਸਾਹਿਬ ਦੀ ਯਾਤਰਾ ਕਰਾਓ ਹੁਣ ਦਿਖਾਓ ਜੀ ਸਾਰੇ ਅਸਥਾਨ ਹੁਣ ਹੱਥ ਗਹੇ ਅੱਗੇ ਤਬ ਚਲੇ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੱਜੇ ਹੱਥ ਦੇ ਵਿੱਚ ਬਾਬਾ ਅਮਰਦਾਸ ਜੀ ਦਾ ਖੱਬਾ ਹੱਥ ਫੜ ਲਿਆ ਫੜ ਕਰਕੇ ਤੇ ਗੁਰੂ ਅੰਗਦ ਦੇਵ ਜੀ ਅੱਗੇ-ਅੱਗੇ ਚੱਲਦੇ ਹਨ ਘਰੇ ਤੇ ਖਾਵਨ ਕੀਨ ਜੋ ਭਲੇ ਸਾਰੇ ਹੀ ਥਾਂ ਦੇ ਦਰਸ਼ਨ ਕਰਾਏ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਭਲੇ ਪ੍ਰਕਾਰ ਹੇਰ ਕਰ ਸਾਰੇ ਸਾਰੇ ਜਿਹੜਾ ਹਨ ਨਗਰ ਦੇ ਚੰਗੀ ਤਰ੍ਹਾਂ ਦੇਖ ਕਰਕੇ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਬਹੁਰ ਬਿਪਾਸਾ ਤੀਰ ਸਿਧਾਰੇ ਫਿਰ ਬਿਆਸਾ ਨਦੀ ਦੇ ਕਿਨਾਰੇ ਤੇ ਆ ਗਏ ਹਨ ਗੁਰੂ ਅੰਗਦ ਦੇਵ ਜੀ ਅਮਰਦਾਸ ਆਪਣੇ ਸੰਗ ਲੀਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਨਾਲ ਲਿਆ ਗੁਰੂ ਅੰਗਦ ਦੇਵ ਜੀ ਜਾਏ ਕੂਲ ਪਰ ਗੁਰੂ ਅਸੀਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਉਹ ਵਿਆਸਾ ਦੀ ਨਦੀ ਦੇ ਕੰਡੇ ਤੇ ਜਾ ਬੈਠੇ ਹਨ ਸੋ ਇੱਥੇ ਜਿਹੜੀ ਸਾਖੀ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਜੀ ਦੀ ਤੇ ਇਹ ਅਖੇਪ ਰਚਨਾ ਜਿਹੜੀ ਹੈ ਇੱਥੇ ਜਿਹੜੀ ਹੈ ਆਉਂਦੀ ਹੈ ਤੋ ਇਹ ਜਿਹੜੀ ਕਥਾ ਹੈ ਇਹਦੇ ਵਿੱਚ ਦੱਸਿਆ ਜਾਂਦਾ ਹੈ ਜੋ ਜਿਹੜੀ 11ਵੀਂ ਪੌੜੀ ਤੋਂ ਲੈ ਕੇ 19ਵੀਂ ਪੌੜੀ ਤੱਕ ਹੈ ਕਿ ਵਰਣ ਦੇਵਤਾ ਜਿਹੜਾ ਹੈ ਉਹ ਵਿਆਸਾ ਨਦੀ ਤੋਂ ਬਾਹਰ ਆਉਂਦਾ ਹੈ ਸਤਗੁਰੂ ਦੇ ਭੇਟਾ ਇੱਕ ਮੱਛੀ ਲੈ ਕੇ ਆਉਂਦਾ ਹੈ ਉਹ ਮੱਛੀ ਗੁਰੂ ਅੰਗਦ ਦੇਵ ਜੀ ਨੂੰ ਭੇਟਾ ਕਰਦਾ ਹੈ ਤੇ ਗੁਰੂ ਅੰਗਦ ਦੇਵ ਜੀ ਨੂੰ ਇਹ ਜਿਹੜਾ ਵਰਣ ਦੇਵਤਾ ਹੈ ਇਹ ਬੇਨਤੀ ਕਰਦਾ ਹੈ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਇਹ ਰਵਾਇਤ ਹੈ ਜਿੱਥੇ ਵੀ ਮੇਰਾ ਜਿਹੜਾ ਪਰਵੇਸ਼ ਹੁੰਦਾ ਹੈ ਜਿੱਥੇ ਨਦੀ ਹੁੰਦੀ ਹੈ ਲੋਕ ਜਿਹੜੇ ਹਨ ਲੰਗਰ ਜਿਹੜੇ ਤਿਆਰ ਕਰਨ ਕਰਦੇ ਵਿੱਚ ਜਾਂ ਧਰਮਸ਼ਾਲਾ ਵਿੱਚ ਉਹ ਜਿਹੜਾ ਹਨ ਪਹਿਲਾ ਜਿਹੜਾ ਹੈ ਉਸ ਦਾ ਟੁਕੜਾ ਜਿਹੜਾ ਹੈ ਇਹ ਬਿਆਸਾ ਨਦੀ ਦੇ ਭੇਟਾ ਕੀਤਾ ਜਾਂਦਾ ਹੈ ਸੋ ਕਹਿੰਦੇ ਉਹੀ ਮਰਿਆਦਾ ਸਤਿਗੁਰੂ ਜੀ ਰੱਖੋ ਤੇ ਜਿਸ ਕਰਕੇ ਮੇਰੀ ਵੀ ਪੂਜਾ ਹੁੰਦੀ ਰਹੇ ਸੋ ਗੁਰੂ ਅੰਗਦ ਦੇਵ ਜੀ ਨੇ ਇਹੀ ਗੱਲ ਗੁਰੂ ਅਮਰਦਾਸ ਜੀ ਨੂੰ ਕਹੀ ਵੀ ਇਹ ਟੁਕੜਾ ਜਿਹੜਾ ਹੈ ਇੱਥੇ ਜਰੂਰ ਤੁਸੀਂ ਪਹਿਲਾਂ ਪਾਇਆ ਕਰੋ ਆਗੇ ਦੇਖੋ ਇਹ ਮਰਿਆਦਾ ਤਾਂ ਹੈ ਨਹੀਂ ਗੁਰੂ ਘਰ ਦੀ ਗੁਰੂ ਘਰ ਦੀ ਇੱਕੋ ਇੱਕ ਮਰਿਆਦਾ ਹੈ ਕਿ ਭੋਗ ਲਾਉਣਾ ਹੈ ਗੁਰੂ ਪਾਤਸ਼ਾਹ ਜੀ ਦਾ ਸੋ ਕਰਪਾਨ ਦੀ ਭੇਟ ਅਜਕਲ ਆਪਾਂ ਕਰਦੇ ਹਾਂ ਉਹ ਗੁਰੂ ਨੂੰ ਭੋਗ ਲਾਉਣਾ ਹੈ ਕਰੀ ਪਾਤਸ਼ਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪਾਂ ਸਿਰਫ ਇੱਕੋ ਭੋਗ ਨੂੰ ਮੰਨਦੇ ਹਾਂ ਸੋ ਇੱਥੇ ਇਹ ਵੀ ਗਲਤ ਹੁੰਦਾ ਹੈ ਦੂਸਰਾ ਇਸ ਦੇ ਵਿੱਚ ਵਰਣ ਦੇਵਤੇ ਨੇ ਆਕੇ ਮੱਛੀ ਜਿਹੜੀ ਹੈ ਇੱਕ ਬਹੁਤ ਕੀਮਤੀ ਮੱਛੀ ਆਕੇ ਸਤਿਗੁਰਾਂ ਨੂੰ ਭੇਟ ਕੀਤੀ ਜਿਹੜੀ ਮੱਛੀ ਨੂੰ ਸਤਿਗੁਰਾਂ ਨੇ ਸਵੀਕਾਰ ਕਰਕੇ ਬਾਬਾ ਅਮਰਦਾਸ ਜੀ ਨੂੰ ਦੰਦੇ ਹਨ ਕਹਿੰਦੇ ਇਹਨੂੰ ਬਣਾ ਕੇ ਲਿਆਓ ਤੇ ਫਿਰ ਗਾਂ ਇਹ ਵੀ ਦੱਸਿਆ ਜੀ ਗੁਰੂ ਅੰਗਦ ਦੇਵ ਜੀ ਨੇ ਉਹਨੂੰ ਕਿਹਾ ਗੁਰੂ ਬਾਬਾ ਅਮਰਦਾਸ ਜੀ ਨੂੰ ਵੀ ਚੰਗੀ ਤਰ੍ਹਾਂ ਮਸਾਲੇ ਨਾਲ ਬਣਾ ਕੇ ਲਿਓਣੀ ਤੇ ਸਤਿਗੁਰਾਂ ਨੂੰ ਲਿਆ ਕੇ ਦਿੱਤੀ ਸਤਿਗੁਰਾਂ ਨੇ ਸ਼ਕੀ ਤੇ ਦੇਖੋ ਇੱਥੇ ਜਿਹੜੀ ਹੈ ਗੱਲ ਬਿਲਕੁਲ ਨਹੀਂ ਬਣਦੀ ਕਿਉਂਕਿ ਗੁਰਬਾਣੀ ਦੇ ਆਧਾਰ ਤੇ ਆਪਾਂ ਨੂੰ ਸਾਰਿਆਂ ਜਿਹੜਾ ਹਨ ਗੁਰਮਤ ਨੂੰ ਦੇਖਣਾ ਚਾਹੀਦਾ ਹੈ ਕਿਉਂਕਿ ਗੁਰਮਤ ਜਿਹੜੀ ਹੈ ਉਹ ਗੁਰਬਾਣੀ ਹੈ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਦੇਖੋ ਜੇ ਬਾਣੀ ਹੀ ਗੁਰੂ ਹੈ ਤੇ ਬਾਣੀ ਨੂੰ ਜੇ ਗੁਰੂ ਨਹੀਂ ਫੋਲੋ ਕਰੇਗਾ ਹਰ ਕੌਣ ਕਰੇਗਾ ਤੇ ਦੇਖੋ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਜੋ ਸ਼ਲੋਕਾਂ ਵਿੱਚ ਹੈ ਕਬੀਰ ਭਾਗ ਮਾਛਲੀ ਸੁਰਾਪਾਣ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭੇ ਰਸਤਲ ਜਾਏ ਦੇਖੋ ਇਹ ਵੱਡਾ ਹੁਕਮ ਹੈ ਕਬੀਰ ਸਾਹਿਬ ਜੀ ਕਹਿੰਦੇ ਜੇ ਕੋਈ ਜਿਹੜਾ ਹੈ ਮੱਛੀ ਖਾਂਦਾ ਹੈ ਮਾਸ ਖਾਂਦਾ ਹੈ ਭੰਗ ਪੀਂਦਾ ਹੈ ਕਹਿੰਦੇ ਜਿਹੜਾ ਕੋਈ ਪ੍ਰਾਣੀ ਐਸਾ ਕਰਦਾ ਹੈ ਕਹਿੰਦੇ ਜਿੰਨੇ ਵੀ ਉਹਦਾ ਜਪ ਤਪ ਕੀਤਾ ਹੁੰਦਾ ਉਹ ਸਾਰਾ ਬੇਅਰਥ ਚਲਿਆ ਜਾਂਦਾ ਤੇ ਉਹ ਬੰਦਾ ਸਿੱਧਾ ਨਰਕਾਂ ਨੂੰ ਜਾਂਦਾ ਦੇਖੋ ਕਿੰਨੇ ਕਰੜੇ ਬਚਨ ਹਨ ਕਿਉਂਕਿ ਸਿੱਖੀ ਦੇ ਵਿੱਚ ਮਾਸ ਖਾਣਾ ਮੱਛੀ ਖਾਣਾ ਇਹ ਬਿਲਕੁਲ ਨਹੀਂ ਹੈਗਾ ਤੇ ਕਹਿੰਦੇ ਵੀ ਜੇ ਕੋਈ ਖਾ ਵੀ ਲਵੇ ਤਾਂ ਕਹਿੰਦੇ ਉਹਦਾ ਜਿੰਨਾ ਪੁੰਨ ਦਾਨ ਕੀਤਾ ਹੋਇਆ ਜਪ ਤਪ ਕੀਤਾ ਹੋਇਆ ਉਹ ਸਾਰਾ ਨਸ਼ਟ ਹੋ ਜਾਂਦਾ ਹੈ ਬੰਦਾ ਸਿੱਧਾ ਨਰਕਾਂ ਨੂੰ ਜਾਂਦਾ ਹੈ ਉਹ ਹੈਲ ਨੂੰ ਜਾਂਦਾ ਹੈ ਸੋ ਇਹ ਗੱਲ ਹੈ ਪਹਿਲੀ ਦੂਸਰੀ ਗੱਲ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੋ ਹੁਕਮਨਾਮੇ ਮਿਲਦੇ ਹਨ ਜੋ ਮਹਾਰਾਜ ਨੇ ਆਪ ਲਿਖੇ ਹਨ ਦੇਖੋ ਹੁਣ ਗੁਰੂ ਹਰਗੋਬਿੰਦ ਸਾਹਿਬ ਦੀ ਆਪਣੀ ਲਿਖਤ ਹੈ ਜੋ ਪਹਿਲਾ ਹੁਕਮਨਾਮਾ ਹੈ ਸਤਗੁਰਾਂ ਨੇ ਪਟਨਾ ਆਲਮਗੰਝ ਬੀਨਾ ਤੇ ਮੰਘੇਰ ਦੀ ਸੰਗਤ ਨੂੰ ਪਾਇਆ ਸੀਗਾ ਉਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਸੰਗਤੀ ਦਾ ਰੁਜਗਾਰ ਹੋਗ ਇੱਕ ਦਾਸੀ ਰਹਿਣਾ ਮਾਸ ਮੱਛੀ ਦੇ ਨੇੜੇ ਨਹੀਂ ਆਵਣਾ ਦੇਖੋ ਸਤਿਗੁਰਾਂ ਨੇ ਕਲੀਅਰਲੀ ਲਿਖਿਆ ਕਿ ਮਾਸ ਮੱਛੀ ਦੇ ਨੇੜੇ ਨਹੀਂ ਸਿੱਖਨੇ ਜਾਣਾ ਦੂਜਾ ਹੁਕਮਨਾਮਾ ਜਿਹੜਾ ਹੈ ਪੂਰਬ ਦੀ ਸੰਗਤ ਵੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਖਿਆ ਜੋ ਆਪਣੇ ਹੱਥੀ ਲਿਖਿਆ ਹੈ ਤੇ ਉਹਦੇ ਵਿੱਚ ਇਹ ਸਤਿਗੁਰਾਂ ਦੇ ਬਚਨ ਹਨ ਪੂਰਬ ਦੀ ਸੰਗਤ ਗੁਰੂ ਦਾ ਖਾਲਸਾ ਹੋਏ ਤੇ ਅੱਗੇ ਉਪਰੰਤ ਗੁਰੂ ਦੀ ਆਗਿਆ ਹੋਏ ਪਈ ਦੇਖੋ ਹੁਣ ਜਿਹੜਾ ਹੈ ਇੱਥੇ ਸਤਿਗੁਰਾਂ ਨੇ ਇਹ ਹੁਕਮ ਜਿਹੜਾ ਹੈ ਲਿਖਿਆ ਤੇ ਇਹੀ ਹੁਕਮਨਾਮੇ ਦੇ ਵਿੱਚ ਸਤਿਗੁਰਾਂ ਨੇ మాਸ ਮੱਛੀ ਬਾਰੇ ਫੇਰ ਕਿਹਾ ਕਿ ਕੀਰਤਨ ਕਰਨਾ ਇੱਕ ਦਾਸ ਭਲੀ ਜੁਗਤ ਰਹਿਣਾ మాਸ ਮੱਛੀ ਦੇ ਨੇੜੇ ਨਹੀਂ ਆਵਣਾ ਦੋ ਵਾਰੀ ਦੋ ਹੁਕਮਨਾਮਿਆਂ ਚ ਸਤਿਗੁਰਾਂ ਨੇ ਇਹ ਬਚਨ ਕੀਤੇ ਹਨ ਸੋ ਇਹ ਤਾਂ ਸਤਗੁਰਾਂ ਦੀ ਆਪਣੀ ਲਿਖਤ ਹੈ ਸੋ ਉਹ ਕਿਵੇਂ ਗਲਤ ਹੋ ਸਕਦੀ ਹੈ ਸੋ ਇਸ ਕਰਕੇ ਜਿਹੜਾ ਹੈ ਇਸ ਜਿਹੜੀ ਕਥਾ ਆਉਂਦੀ ਹੈ ਇਹ 11ਵੀਂ ਪੌੜੀ ਤੋਂ ਲੈ ਕੇ 19ਵੀਂ ਪੌੜੀ ਤੱਕ ਇਹ ਅਖੇਪ ਰਚਨਾ ਹੈ ਇਹ ਗਗ ਬਾਣੀ ਦੇ ਅਨੁਕੂਲ ਜਿਹੜਾ ਨਹੀਂ ਆਉਂਦੀ ਤੋ ਇਸ ਕਰਕੇ ਇਹਨੂੰ ਛੱਡ ਕੇ ਆਪਾਂ 20-20 ਪੌੜੀ ਤੋਂ ਸ਼ੁਰੂ ਕਰਦੇ ਹਾਂ ਹੁਣ ਅਪਰ ਅਹਾਰ ਕੁਛਕਤ ਹੈ ਖਾਏ ਅਪਰ ਅਹਾਰ ਸਤਿਗੁਰਾਂ ਨੇ ਬਿਆਸਾ ਤੇ ਬੈਠ ਕਰਕੇ ਲੰਗਰ ਛਕਿਆ ਬਾਹਰ ਉੱਠੇ ਤਹ ਤੇ ਸੁਖਦਾਏ ਸਤਿਗੁਰ ਜੀ ਫੇਰ ਬਾਅਦ ਵਿੱਚ ਉਥੋਂ ਉੱਠ ਕਰਕੇ ਸਤਿਗੁਰ ਸੁੱਖਾਂ ਨੂੰ ਦੇਣ ਵਾਲੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਚੱਲੇ ਅਮਰਦਾਸ ਕੋ ਲੈ ਕੇ ਨਾਲ ਬਾਬਾ ਅਮਰਦਾਸ ਜੀ ਨੂੰ ਆਪਣੇ ਨਾਲ ਲਿਆ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਆਏ ਦਿਸ ਖਡੂਰ ਜਗਨਾਥ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਬਾ ਅਮਰਦਾਸ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਨੂੰ ਆਗੇ ਹਨ ਕੀਤਕ ਦਿਨ ਸਮੀਪ ਹੀ ਰਾਖੇ ਕੁਝ ਕ ਦਿਨ ਬਾਬਾ ਅਮਰਦਾਸ ਜੀ ਨੂੰ ਆਪਣੇ ਕੋਲੇ ਰੱਖਿਆ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਜਾਨ ਰਿਦੇ ਕੀ ਤਿਨ ਅਬਿ ਲਾਖੇ ਜਾਨ ਰਿਦੇ ਕੀ ਕਹਿਣ ਲਗੇ ਜਾਨ ਜਾਨ ਲਿਆ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਨੇ ਬਾਬਾ ਅਮਰਦਾਸ ਜੀ ਦੇ ਹਿਰਦੇ ਦੀ ਇੱਛਾ ਨੂੰ ਸਭ ਸਮੀਪ ਕੀ ਸੇਵਾ ਕਰੇ ਕੇ ਕੇ ਸਭ ਸਮੀਪ ਕੀ ਸੇਵਾ ਕਰੇ ਕਿਉਂਕਿ ਦੇਖੋ ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਾਰਿਆਂ ਦੀ ਸੇਵਾ ਕਰਦੇ ਹਨ ਅੱਠ ਪਹਿਰ ਸੇਵਾ ਵਿੱਚ ਲੱਗੇ ਰਹਿੰਦੇ ਹਨ ਅੱਠ ਪਹਿਰ ਸਿਮਰਨ ਉਰ ਧਰੇ ਤੇ ਅੱਠੇ ਪਹਿਰ ਗੁਰੂ ਅੰਗਦ ਦੇਵ ਜੀ ਨੂੰ ਆਪਣੇ ਧਿਆਨ ਵਿੱਚ ਰੱਖ ਕੇ ਸਿਮਰਨ ਕਰਦੇ ਰਹਿੰਦੇ ਹਨ ਦੀਨਸ ਆਇਸ ਬਹੁਤ ਕਿਰਪਾਲ ਸਤਗੁਰੂ ਸੱਚੇ ਪਾਤਸ਼ਾਹ ਨੇ ਫਿਰ ਆਗਿਆ ਦਿੱਤੀ ਗੁਰੂ ਅੰਗਦ ਦੇਵ ਜੀ ਨੇ ਚਲ ਆਏ ਤਬ ਗੋਵਿੰਦਵਾਲਾ ਸਤਗੁਰੂ ਗੁਰੂ ਅੰਗਦ ਦੇਵ ਜੀ ਦੀ ਆਗਿਆ ਪਾ ਕੇ ਬਾਬਾ ਅਮਰਦਾਸ ਜੀ ਵਾਪਸ ਗੋਵਿੰਦਵਾਲ ਸਾਹਿਬ ਨੂੰ ਆਗੇ ਪਾਤਸ਼ਾਹ ਦੇ ਸਿਕੋ ਗਮਨਾ ਰਹੂ ਕਹਿੰਗੇ ਪਾਛਲ ਦੇਸ਼ ਪਿੱਛੇ ਨੂੰ ਪੈਰ ਰਿਵਰਸ ਜਿਹੜੀ ਹਨ ਚੱਲਣਾ ਮੂੰਹ ਜਿਹੜਾ ਹੈ ਆਪਣਾ ਚਿਹਰਾ ਜਿਹੜਾ ਹੈ ਗੁਰੂ ਅੰਗਦ ਦੇਵ ਜੀ ਵੱਲ ਰੱਖਣਾ ਤੇ ਜਿਹੜਾ ਹਨ 7.5 ਕਿਲੋਮੀਟਰ ਤੱਕ ਪਿਛਲੇ ਪੈਰੀਂੋਂ ਚੱਲਦੇ ਹਨ ਗੁਰੂ ਅੰਗਦ ਦੇਵ ਜੀ ਦੇ ਮੂੰਹ ਕਰਕੇ ਵੱਲ ਤੇ ਗੁਰੂ ਅਮਰਦਾਸ ਜੀ ਚੱਲਦੇ ਹਨ। ਮੁਖ ਰੱਖੇ ਸਤਗੁਰ ਦਿਸ ਜਾਓ ਦੇਖੋ ਜਿਹਦੇ ਵੀ ਦਿਸ਼ ਵਿੱਚ ਜਾਣ ਆਪਣਾ ਮੁਖ ਜਿਹੜਾ ਹਮੇਸ਼ਾ ਹੀ ਗੁਰੂ ਅੰਗਦ ਦੇਵ ਜੀ ਵੱਲ ਰੱਖਦੇ ਆ ਪਿੱਠ ਨਹੀਂ ਕਰਦੇ ਬੈਕ ਨਹੀਂ ਦਿਖਾਉਂਦੇ ਤੀਨ ਕੋਸ਼ ਪਰਮਾਥੋ ਟੇਕ ਤੇ ਤਿੰਨ ਕੋਸ਼ ਜੋ 7.5 ਕਿਲੋਮੀਟਰ ਬਣਦਾ ਹੈ ਉੱਥੇ ਮੱਥਾ ਟੇਕ ਕੇ ਸਤਗੁਰਾਂ ਨੂੰ ਕੋਨਪੁਰ ਦੇ ਸ ਮੁਖ ਕੋਸ਼ ਸੋ ਫੇਰ ਆਪਣਾ ਜਿਹੜਾ ਹਨ ਆਪਣਾ ਦਿਸ਼ ਆਪਣਾ ਚਿਹਰਾ ਜਿਹੜਾ ਗੋਵਿੰਦ왈 ਸਾਹਿਬ ਕਰਕੇ ਚਦਗੁਰੂ ਜੀ ਚਲਦੇ ਹਨ ਸੋ ਅਬਲੋ ਉਹ ਥਾਨ ਸੁਹਾਵਤ ਦੇਖੋ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਜਿੱਥੇ ਸਤਗੁਰੂ ਜੀ ਮੱਥਾ ਟੇਕ ਕੇ ਆਪਣਾ ਜਿਹੜਾ ਹੈ ਜਿਹੜਾ ਹੈ ਚਿਹਰਾ ਮਹਾਰਾਜ ਜੀ ਵਾਪਸ ਗੋਵਿੰਦ왈 ਸਾਹਿਬ ਕਰਿਆ ਕਰਦੇ ਸਨ ਉਹ ਥਾਂ ਹੁਣ ਤੱਕ ਵੀ ਹੈਗਾ ਹੈ ਸੰਗਤਾਂ ਜਾਂਦੀਆਂ ਹਨ ਦਰਸ਼ਨ ਕਰਦੀਆਂ ਹਨ ਵਿਦਤ ਹੈ ਜਗ ਮੈਂ ਸਿਖ ਗਾਵਤ ਦੇਖੋ ਵਿਦਤ ਹੈ ਉਹ ਪ੍ਰਗਟ ਹੈ ਸਥਾਨ ਜਿਹੜੇ ਅਸਥਾਨ ਨੂੰ ਗੁਰਸਿੱਖ ਜਿਹੜੇ ਹਨ ਉਹਨਾਂ ਦਾ ਜਸ ਗਾਉਂਦੇ ਹਨ ਗੋਵਿੰਦਵਾਲ ਕੋਸ਼ ਤਿਸ ਥਲ ਤੇ ਦੇਖੋ ਗੋਵਿੰਦਵਾਲ ਉਹ ਥਾਂ ਦੇ ਤੋਂ ਜਿਹੜਾ ਹਨ ਕੋਸ਼ ਇੱਕ ਕੋਸ਼ ਮਤਲਬ 2.5 ਕਿਲੋਮੀਟਰ 2 and a half kilometers ਦੂਰ ਹੈ ਜਹਤੇ ਸੂਧੇ ਹੋਏ ਕਰ ਚਲਤੇ ਜਿੱਥੇ ਸਿੱਧੇ ਹੋ ਕੇ ਗੋਵਿੰਦਵਾਲ ਸਾਈਂ ਮੋੜ ਕਰਕੇ ਚਲਦੇ ਸਨ ਬਾਬਾ ਅਮਰਦਾਸ ਜੀ ਨਿਸਮਹਿ ਸਦਨ ਰਹੇ ਗੁਰ ਆਇਸ ਦੇਖੋ ਨਿਸਮਹਿ ਕਹਿੰਦੇ ਰਾਤ ਵੇਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣੇ ਘਰ ਵਿੱਚ ਰਹਿੰਦੇ ਹਨ ਗੋਵਿੰਦਵਾਲ ਸਾਹਿਬ ਜਿੱਦੇ ਨਵੇਂ ਬਣੇ ਹਨ ਇਸ ਸਵੇਰੇ ਸਵੇਰੇ ਬਾਬਾ ਅਮਰਦਾਸ ਜੀ ਫੇਰ ਤੁਰ ਪੈਂਦੇ ਹਨ ਖਡੂਰ ਸਾਹਿਬ ਆਉਂਦੇ ਹਨ ਸਤਿਗੁਰਾਂ ਦੀ ਦੇ ਦਰਸ਼ਨ ਕਰਨ ਵਾਸਤੇ ਇਸੇ ਪ੍ਰਕਾਰ ਕਿਤੇ ਕਦ ਦਿਨ ਬੀਤੇ ਦੇਖੋ ਇਸ ਤਰ੍ਹਾਂ ਕਰਦਿਆਂ ਹੋਇਆਂ ਕੁਝ ਕਿ ਦਿਨ ਬੀਤ ਗਏ ਬਾਬਾ ਅਮਰਦਾਸ ਦੀ ਮਰਿਆਦਾ ਦੇਖੋ 84 ਸਾਲਾਂ ਦੀ ਉਮਰ ਹੈ 84 ਸਾਲਾਂ ਦੀ ਉਮਰ ਹੈ ਹਰ ਰੋਜ਼ 10 ਕਿਲੋਮੀਟਰ ਚੱਲ ਕੇ ਆਉਣਾ ਖਡੂਰ ਸਾਹਿਬ ਤੇ ਸ਼ਾਮਾਂ ਨੂੰ 10 ਕਿਲੋਮੀਟਰ ਤੁਰ ਕੇ ਵਾਪਸ ਗੋਵਿੰਦਵਾਲ ਸਾਹਿਬ ਨੂੰ ਜਾਣਾ ਤੇ ਗੁਰੂ ਅਮਰਦਾਸ ਮਹਾਰਾਜ ਦਾ ਇਹੀ ਨੇਮ ਰਹਾ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਦਾ ਦੇਖੋ ਐਸੇ ਹਨ ਬਾਬਾ ਅਮਰਦਾਸ ਜੀ ਅੱਜਕੱਲ ਗੁਰਦੁਆਰਾ ਭਾਵੇਂ ਦੋ ਡਿੰਗਾ ਦੂਰ ਹੋਵੇ ਮੱਥਾ ਟੇਕਣ ਵਾਸਤੇ ਨਹੀਂ ਕੋਈ ਜਾਂਦਾ ਸੋ ਇਹ ਜਿਹੜਾ ਹੈ ਦੇਖੋ ਕਿੰਨੀ ਗਿਰਾਵਟ ਆ ਗਈ ਹੈ ਆਪਣੇ ਪ੍ਰੇਮ ਦੇ ਵਿੱਚ ਕਿਉਂਕਿ ਗੁਰੂ ਦੇ ਦਰਸ਼ਨ ਵਿੱਚ ਫਲ ਬਹੁਤ ਜ਼ਿਆਦਾ ਹੈ ਗੁਰੂ ਦੀ ਸੰਗਤ ਵਿੱਚ ਜਾਣ ਦਾ ਫਲ ਬਹੁਤ ਹੈ ਗੁਰੂ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਦੇਖੋ ਬਾਬਾ ਅਮਰਦਾਸ ਤੇ ਹੋਈ ਹੈ ਜਿਹੜੇ ਆਪਾਂ ਕਥਾ ਸੁਣ ਰਹੇ ਹਾਂ ਪਰਮ ਪ੍ਰਸੰਨ ਗੁਰੂ ਕਰ ਲیتے ਦੇਖੋ ਪਰਮ ਜਿਹੜਾ ਹਨ ਆਪਣੇ ਪ੍ਰੇਮ ਦੇ ਨਾਲ ਗੁਰੂ ਨੂੰ ਤਾਂ ਪ੍ਰਸੰਨ ਕਰ ਲੇ ਆਪਨਾ ਆਪ ਨਿਸ਼ਾਵਰ ਕਰਕੇ ਬਾਬਾ ਅਮਰਦਾਸ ਨੇ ਸਭ ਕੁਝ ਗੁਰੂ ਨੂੰ ਜਾਣਿਆ ਆਪਣੇ ਆਪ ਨੂੰ ਕੁਝ ਨਾ ਜਾਣਿਆ ਅੱਜ ਕੱਲ ਦੇਖੋ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਕਿਉਂ ਪੈਂਦੀਆਂ ਹਰ ਕੋਈ ਆਪਣੇ ਆਪ ਨੂੰ ਜਣਾਉਂਦਾ ਹੈ ਕਿ ਮੈਂ ਹਾਂ ਮੈਂ ਇਹ ਕਰਦਾ ਮੈਂ ਉਹ ਕਰਦਾ ਦੇਖੋ ਇਹੀ ਕਰਕੇ ਤਾਂ ਲੜਾਈਆਂ ਪੈਂਦੀਆਂ ਹਨ ਜੇ ਸਾਰੇ ਗੁਰੂ ਤੋਂ ਨਿਸ਼ਾਵਰ ਹੋ ਜਾਣ ਗੁਰੂ ਨੂੰ ਸਭ ਕੁਝ ਜਾਣਨ ਤੇ ਆਪਣੇ ਆਪ ਨੂੰ ਕੁਝ ਨਾ ਜਾਣਨ ਫੇਰ ਤਾਂ ਜਿਹੜੀ ਹੈ ਉਥੇ ਪ੍ਰੇਮ ਇਤفاق ਬਣਿਆ ਰਹਿੰਦਾ ਹੈ ਉਹ ਗੁਰੂ ਘਰ ਚ ਬਰਕਤ ਵੀ ਬੜੀ ਹੁੰਦੀ ਹੈ ਇਸ ਕਰਕੇ ਮਹਾਰਾਜ ਨੇ ਇਹੀ ਮਰਿਆਦਾ ਰੱਖੀ ਹੈ। ਪ੍ਰੇਮ ਸਹਿਤ ਮਨ ਨੰਮਰ ਵਿਸਾਲਾ ਦੇਖੋ ਪ੍ਰੇਮ ਸਹਿਤ ਨਿਮਰਤਾ ਵਿੱਚ ਹੀ ਰਹਿੰਦੇ ਹਨ ਬਾਬਾ ਅਮਰਦਾਸ ਜੀ ਹਰ ਵੇਲੇ ਸੇਵ ਹੈ ਚਰਨ ਕਮਲ ਸਬ ਕਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਰਨ ਕਮਲਾਂ ਨੂੰ ਜਿਹੜਾ ਹਨ ਹਰ ਵੇਲੇ ਹੀ ਜਿਹੜਾ ਹੈ ਸਿਮਰਦੇ ਹਨ ਹਿਰਦੇ ਵਿੱਚ ਵਸਾ ਕੇ ਯਾਦ ਕਰਦੇ ਹਨ ਸ੍ਰੀ ਅੰਗਦ ਸਭ ਗੁਣ ਕੇ ਧਾਮ ਦੇਖੋ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਸਾਰੇ ਗੁਨਾ ਦੇ ਘਰ ਹਨ ਸਾਰੇ ਗੁਣ ਸਤਿਗੁਰੂ ਦੇ ਵਿੱਚ ਹਨ ਸਤਿਗੁਰੂ ਦੀ ਸਾਰੇ ਗੁਣਾ ਦੇ ਸੰਪੰਨ ਹਨ ਸਦਾ ਸੁਸ਼ੇਲ ਪਰਮਨਹਿ ਕਾਮ ਦੇਖੋ ਸਦਾ ਸੁਸ਼ੀਲ ਸਿਆਣੇ ਹਨ ਗੁਰੂ ਸਾਹਿਬ ਜੀ ਸਭ ਕੁਝ ਜਾਣਨ ਵਾਲੇ ਹਨ ਪਰਮ ਸ੍ਰਿਸ਼ਟ ਕਰਕੇ ਨਿਸ਼ਕਾਮ ਹਨ ਸਤਿਗੁਰੂ ਜੀ ਕੋਈ ਕਾਮਨਾ ਨਹੀਂ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਵਿੱਚ ਭਗਤ ਰੂਪ ਧਰ ਜਗਤ ਦਿਖਾਇਆ ਦੇਖੋ ਭਗਤੀ ਦਾ ਰੂਪ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਨੇ ਇਹ ਸੰਸਾਰ ਵਿੱਚ ਪ੍ਰਗਟ ਕਰਕੇ ਤੇ ਇਹੀ ਜਗਤ ਨੂੰ ਜਿਹੜਾ ਹੈ ਭਗਤੀ ਵਿੱਚ ਲਾਇਆ ਤੇ ਆਪਣੇ ਦਰਸ਼ਨ ਦੇਣ मात्र ਹੀ ਦੇਖੋ ਕਿੰਨਿਆਂ ਨੂੰ ਮੁਕਤੀ ਸਤਿਗੁਰਾਂ ਨੇ ਦੇ ਦਿੱਤੀ ਜਿਹੜੀ ਮੁਕਤੀ ਜਿਹੜੀ ਹੈ ਬੜੇ ਜਪ ਤਪ ਨਾਲ ਵੀ ਕਿੰਨਿਆਂ ਨੂੰ ਨਹੀਂ ਪ੍ਰਾਪਤ ਹੁੰਦੀ ਕਈ ਲੋਕ ਜਿਹੜੇ ਹਨ ਜਪ ਤਪ ਕਰਦੇ ਆ ਹੋયા ਹੰਕਾਰ ਵਿੱਚ ਜਾ ਕੇ ਨਰਕਾਂ ਨੂੰ ਚਲੇ ਜਾਂਦੇ ਨੇ ਪਰ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਐਸੇ ਹਨ ਜਿਨ੍ਹਾਂ ਨੂੰ ਇੱਕ ਵਾਰੀ ਕੀਤੀਆਂ ਮੁਕਤੀ ਮਿਲ ਜਾਂਦੀ ਹੈ ਨਾ ਰਖਣਾ ਸੋਖ ਨਾ ਕਬ ਉਰ ਆਇਓ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਨਾ ਉਹਨਾਂ ਨੂੰ ਖੁਸ਼ੀ ਆਉਂਦੀ ਹੈ ਨਾ ਕੋਈ ਗਮੀ ਨਾ ਕੋਈ ਜਿਹੜਾ ਹਨ ਦੁੱਖ ਆਉਂਦਾ ਹੈ ਉਹਨਾਂ ਦੇ ਹਿਰਦੇ ਨੂੰ ਇਹ ਗੱਲਾਂ ਨਹੀਂ ਪਹੁੰਦੀਆਂ ਨਾ ਟੱਚ ਕਰਦੀਆਂ ਹਨ ਮਾਨ ਅਮਾਨ ਸਮਾਨ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਵਸ ਕੋਈ ਮਾਨ ਕਰੇ ਕੋਈ ਬੇਅਦਵੀ ਕਰੇ ਕੋਈ ਜਿਹੜਾ ਹੈ ਪੁੱਠਾ ਸਿੱਧਾ ਕਰੇ ਕੋਈ ਜਿਹੜਾ ਹਨ ਆਪਣੇ ਆਪ ਨੂੰ ਨਿਸ਼ਾਵਰ ਕਰੇ ਉਹ ਗੁਰੂ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਗੁਰੂ ਸਾਹਿਬ ਦੀ ਵਡਿਆਈ ਕਰਨੀ ਗੁਰਬਾਣੀ ਪੜ੍ਹਨੀ ਇਹ ਗੁਰੂ ਵਾਸਤੇ ਨਹੀਂ ਆਪਾਂ ਆਪਣੇ ਆਪ ਵਾਸਤੇ ਕਰਦੇ ਆ ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ ਗੁਰੂ ਤਾਂ ਆਪਣੇ ਭਲੇ ਵਾਸਤੇ ਆਪਾਂ ਨੂੰ ਉਪਦੇਸ਼ ਦੰਦੇ ਹਨ ਦੇਖੋ ਗੁਰੂ ਦਾ ਉਪਦੇਸ਼ ਕੇਵਲ ਤੇ ਕੇਵਲ ਜਿਹੜਾ ਹੁੰਦਾ ਹੈ ਆਪਣੇ ਭਲੇ ਵਾਸਤੇ ਹੁੰਦਾ ਹੈ ਦੇਖੋ ਅੱਜ ਅੱਜਕੱਲ ਜਿਹੜੇ ਹਨ ਪਖੰਡੀ ਗੁਰੂ ਹਨ ਉਹ ਜਿਹੜਾ ਵੀ ਉਪਦੇਸ਼ ਦੰਦੇ ਹਨ ਉਹ ਆਪਣੇ ਜਿਹੜਾ ਹਨ ਆਪਣਾ ਜਿਹੜਾ ਹਨ ਹੱਕ ਆਪਣਾ ਜਿਹੜਾ ਹਨ ਆਪਣਾ ਫਾਇਦਾ ਦੇਖ ਕੇ ਦੰਦੇ ਹਨ ਪਰ ਗੁਰੂ ਸਾਹਿਬ ਜੀ ਨਿਸ਼ਕਾਮ ਹਨ ਗੁਰੂ ਨੇ ਮਹਾਰਾਜ ਨੇ ਕਿਹਦੇ ਕਾਮਨਾ ਨਹੀਂ ਰੱਖੀ ਸਾਰਾ ਜਿਹੜਾ ਉਪਦੇਸ਼ ਦਿੰਦੇ ਆਪਣੇ ਭਲੇ ਵਾਸਤੇ ਕਰਦੇ ਹਨ ਰਾਗ ਨਾ ਦਵੇਖ ਕਿਸੇ ਤੋਂ ਛੋਟਾਨੇ ਦੇਖੋ ਨਾ ਕਿਸੇ ਨਾਲ ਈਰਖਾ ਕਰਦੇ ਹਨ ਨਾ ਹੱਤੋਂ ਵੱਧ ਕਿਸੇ ਨਾਲ ਮੋਹ ਕਰਦੇ ਹਨ ਸਤਿਗੁਰੂ ਜੀ ਰਾਗ ਦਵੇਖ ਤੋਂ ਪਰੇ ਹਨ ਅਹੰਗ ਬ੍ਰਹਮ ਨਿਸ਼ਚਲ ਬ੍ਰਤ ਅੰਤਰ ਦੇਖੋ ਉਹਨਾਂ ਦੀ ਬ੍ਰਿਤੀ ਜਿਹੜੀ ਅਹੰਗ ਬ੍ਰਹਮ ਵੀ ਸਾਵਰਾ ਹੀ ਪਰਮੇਸ਼ਰ ਹੈ ਉਹਨਾਂ ਦੀ ਨਿਗਾਹ ਵਿੱਚ ਇੱਕੋ ਇੱਕ ਪਰਮੇਸ਼ਰ ਹੀ ਵਰਤ ਰਿਹਾ ਹੈ ਇਹ ਸਾਰਾ ਸੰਸਾਰ ਹੀ ਪਰਮੇਸ਼ਰ ਹੈ ਕਿਉਂਕਿ ਆਪ ਵੀ ਉਹ ਪਰਮੇਸ਼ਰ ਹੀ ਹਨ ਨਿਜ ਸਰੂਪ ਸੋ ਲਗੇ ਨਿਰੰਤਰ ਆਪਣੇ ਨਿਜ ਸਰੂਪ ਦੇ ਵਿੱਚ ਹੀ ਜਿਹੜੇ ਹਨ ਨਿਰਗੁਣ ਸਰੂਪ ਦੇ ਵਿੱਚ ਹੀ ਲੀਨ ਰਹਿੰਦੇ ਹਨ ਜਿਸ ਕੋ ਛਵੈ ਵਿਕਾਰ ਨਾ ਕੋਈ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਨੇ ਪਰਸਨ ਕਰ ਲਏ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਟੱਚ ਕਰ ਲਿਆ ਕਹਿੰਦਾ ਉਹਨਾਂ ਦੇ ਨੇੜੇ ਵਿਕਾਰ ਜਿਹੜੇ ਹੁੰਦੇ ਨੇ ਕਾਮ ਕਰੋ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਇਹ ਸਾਰੇ ਫੇ ਨੇੜੇ ਨਹੀਂ ਲੱਗਦੇ ਪਹੁੰਚ ਹੈ ਮਨ ਬਾਣੀ ਨਹਿ ਦੋਏ ਦੇਖੋ ਪਹੁੰਚੇ ਮਨ ਬਾਣੀ ਨਹਿ ਦੋਏ ਕਹਿ ਲਗੇ ਉੱਥੇ ਜਿਹੜਾ ਹੈ ਸਤਿਗੁਰੂ ਦੀ ਐਸੀ ਕਿਰਪਾ ਹੁੰਦੀ ਹੈ ਉੱਥੇ ਬਰਮ ਹੀ ਬਰਮ ਹੈ ਜਿੱਥੇ ਨਾ ਤਾਂ ਮਨ ਕਰਕੇ ਕੋਈ ਪਹੁੰਚ ਸਕਦਾ ਹੈ ਨਾ ਸਰੀਰ ਕਰਕੇ ਪਹੁੰਚ ਸਕਦਾ ਹੈ ਨਾ ਬਾਣੀ ਕਰਕੇ ਸਪੀਚ ਕਰਕੇ ਕੋਈ ਪਹੁੰਚ ਸਕਦਾ ਉਹ ਅਵਸਥਾ ਨੂੰ ਬਖਸ਼ਣ ਵਾਲੇ ਹਨ ਜਾਣਨੀਆ ਬੁੱਧ ਕਰ ਕਹਿ ਜੋ ਦੇਖੋ ਜਾਣਨੀਆ ਜਾਣਨ ਜੋਗ ਜੋ ਪਰਮਾਤਮਾ ਹੈ ਜਿਹਨੂੰ ਜਾਣਨ ਕਰਕੇ ਜਿਹੜਾ ਹਨ ਜਾਨਣਾ ਚਾਹੀਦਾ ਹੈ ਜਿਹੜਾ ਡੈਸਟੀਨੇਸ਼ਨ ਆਫ ਲਾਈਫ ਹੈ ਜਿਹੜਾ ਗੋਲ ਆਫ ਲਾਈਫ ਹੈ ਕਿ ਆਪਣੇ ਆਤਮਾ ਦੀ ਪਹਿਚਾਨ ਕਰਨੀ ਕਹਿੰਦੇ ਉਹੀ ਜਾਣਨੀਆ ਬੁੱਧ ਉਹ ਬੁੱਧੀ ਨੂੰ ਬਖਸ਼ਣ ਵਾਲੇ ਉਹ ਬੁੱਧੀ ਨੂੰ ਕਾਰ ਕਰਨ ਵਾਲੇ ਗੁਰੂ ਸਾਹਿਬ ਦਾ ਉਪਦੇਸ਼ ਹੈ ਜੋ ਸਤਿਗੁਰੂ ਜੀ ਦੇ ਕਰਕੇ ਆਪਣੇ ਸਿੱਖਾਂ ਨੂੰ ਸੌਖੇ ਤਰੀਕੇ ਦੇ ਨਾਲ ਉਹ ਬ੍ਰਹਮ ਵਿੱਚ ਲੀਨ ਕਰ ਦਿੰਦੇ ਹਨ ਬਦਮ ਪੱਤਰ ਸਮਲਿਪ ਹੈ ਨਾ ਸੋ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਕਬਲ ਫੁੱਲ ਦੇ ਪੱਤਿਆਂ ਵਰਗੇ ਹਨ ਜਿਨ੍ਹਾਂ ਨੂੰ ਪਾਣੀ ਵੀ ਨਹੀਂ ਛੂੰਹਦਾ ਤੇ ਜਿਹੜੇ ਹਨ ਪੈਟਲਸ ਜਿਹੜੇ ਹੁੰਦੇ ਨੇ ਉਹਨਾਂ ਤੇ ਪਾਣੀ ਨਹੀਂ ਠਹਿਰਦਾ ਇਸੇ ਤਰ੍ਹਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਵਿਕਾਰ ਨੇੜੇ ਵੀ ਨਹੀਂ ਲੱਗਦੇ ਸ਼ਸਤਰਨ ਸਿਉਨਾ ਬਿਨਾਸੇ ਹੋ ਜਾਏ ਦੇਖੋ ਇਹ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ ਜੋ ਉਹਨਾਂ ਦਾ ਵਾਸਤਵ ਸਰੂਪ ਹੈ ਉਹਨਾਂ ਨੂੰ ਨਾ ਕੋਈ ਸ਼ਸਤਰ ਕੱਟ ਸਕਦਾ ਹੈ ਨਾ ਕੋਈ ਹੋਰ ਚੀਜ਼ ਪਹੋ ਸਕਦੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਹਨ ਸਥੂਲ ਜਿੰਨੇ ਵੀ ਇਹ ਚੀਜ਼ਾਂ ਹਨ ਇਹਨਾਂ ਤੋਂ ਉੱਤੇ ਹਨ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਅਰੰਗਜ਼ੇਬ ਨੇ ਕਿਹਾ ਕਿ ਤੇਰਾ ਜਿਹੜਾ ਸਿਰ ਅਸੀਂ ਅਲੱਗ ਕਰਾਂਗੇ ਅਸੀਂ ਆਪਣੀ ਤਲਵਾਰ ਲਿਆਵਾਂਗੇ ਦੇਖਦੇ ਹਾਂ ਤੁਸੀਂ ਕਿਵੇਂ ਬਚੋਗੇ ਸਤਿਗੁਰਾਂ ਨੇ ਕਿਹਾ ਕਿ ਧਾਗਾ ਬੰਨ੍ਹ ਦੇ ਤੈਨੂੰ ਵੀ ਪਤਾ ਲੱਗ ਜਾਏਗਾ ਤੇਰੀ ਤਲਵਾਰ ਨੇ ਸਾਰਾ ਸਿਰ ਜਿਹੜਾ ਜੁਦਾ ਕੀਤਾ ਦਾ ਅਸੀਂ ਆਪਣੇ ਮਰਜ਼ੀ ਨਾਲ ਕੀਤਾ ਹੈ ਤਲਵਾਰ ਚੱਲੀ ਉਹ ਤਲਵਾਰ ਤੇ ਨਾ ਤਾਂ ਲਹੂ ਨਾ ਤਾਂ ਉਸਦੇ ਉਹ ਧਾਗਾ ਹੀ 对呀。Yeah. ਤੇ ਅਰੰਗਜ਼ੈਬ ਸ਼ਰਮਸਾਰ ਹੋ ਗਿਆ ਸਤਿਗੁਰਾਂ ਨੇ ਆਪਣੀ ਮਰਜ਼ੀ ਨਾਲ ਆਪਣਾ ਸੀਸ ਅਲੱਗ ਕਰ ਲਿਆ ਦੇਖੋ ਇਸੇ ਪ੍ਰਕਾਰ ਇਹ ਸ਼ਾਸਤਰ ਵੀ ਸਤਿਗੁਰਾਂ ਨੂੰ ਨਹੀਂ ਪਹੁੰਚ ਸਕਦੇ ਜਿਵੇਂ ਪਿੱਛੇ ਹਮਾਇਉ ਆਇਆ ਸੀ ਉਹਨੇ ਵੀ ਆਪਣੀ ਤਲਵਾਰ ਕੱਢ ਕੇ ਸਤਿਗੁਰਾਂ ਦਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਸੀਸ ਲਾਉਣ ਵਾਸਤੇ ਉਹਨੇ ਜਿਹੜਾ ਇਹ ਮਨ ਕਲਪ ਕੀਤਾ ਸੀਗਾ ਉਹਦਾ ਵੀ ਜਿਹੜਾ ਹੈ ਨਹੀਂ ਹੋਇਆ ਪੂਰਾ ਦੇਖੋ ਇਹ ਸ਼ਾਸਤਰਾਂ ਤੋਂ ਉਹ ਵੀ ਜਿਹੜਾ ਸਤਿਗੁਰ ਜੀ ਨੂੰ ਕੁਝ ਵੀ ਕੋਈ ਵਿਗਾੜ ਨਹੀਂ ਸਕਦਾ ਗगन ਨજર ਹੈ ਨਾ ਪੌਣ ਉਡਾਏ ਦੇਖੋ ਨਾ ਅੱਗ ਜਲਾ ਸਕਦੀ ਹੈ ਨਾ ਕਹਿੰਦੇ ਪੌਣ ਹਵਾ ਉਡਾ ਕੇ ਲਿਜਾ ਸਕਦੀ ਹੈ ਉਹ ਬਰਮ ਰੂਪ ਪਰਮੇਸ਼ਰ ਰੂਪ ਹਨ ਸਤਿਗੁਰੂ ਜੀ ਜਲਨ ਹੈ ਡੋਬ ਹੈ ਨਭ ਨਬਿ ਲਾਏ ਦੇਖੋ ਨਾ ਜਲ ਉਹਨਾਂ ਨੂੰ ਡੋਬ ਸਕਦਾ ਹੈ ਨਾ ਉਹਨਾਂ ਨੂੰ ਜਿਹੜਾ ਆਕਾਸ਼ ਜਿਹੜਾ ਹੈ ਉਹ ਆਪਣੇ ਤੋਂ ਜਿਹੜਾ ਆਪਣੇ ਵਿੱਚ ਲੀਨ ਕਰ ਸਕਦਾ ਹੈ ਜਾਂ ਆਪਣੇ ਨਭ ਜਿਹੜਾ ਹੈ ਆਕਾਸ਼ ਉਹਨਾਂ ਨੂੰ ਆਪਣੇ ਵਿੱਚ ਮਿਲਾ ਸਕਦਾ ਹੈ ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਹੈ ਦੇਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿਹਾ ਹਨ ਇਹ ਕੋਈ ਪਹੁੰਚ ਨਹੀਂ ਸਕਦਾ ਇੱਥੇ ਸਬੂਤ ਦੰਦੇ ਹਨ ਕਵੀ ਸੰਤੋਖ ਸਿੰਘ ਜੀ ਕਿ ਗੁਰੂ ਸਾਹਿਬ ਜੀ ਆਪਣੇ ਸਥੂਲ ਸਰੀਰ ਦੇ ਵਿੱਚ ਵੀ ਪਰਮੇਸ਼ਰ ਰੂਪ ਹਨ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਦੇ ਅੰਦਰਲੀ ਜੋਤ ਪਰਮਾਤਮਾ ਹੈ ਤੇ ਸਰੀਰ ਨਹੀਂ ਨਹੀਂ ਕਹਿੰਦੇ ਸਰੀਰ ਵੀ ਪਰਮਾਤਮਾ ਹੈ ਕਿਉਂਕਿ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪੋ ਨਹੀਂ ਸਕਦੇ ਆ ਉਹਨਾਂ ਦੇ ਨੇੜੇ ਨਹੀਂ ਲੱਗਦੀਆਂ ਜਿਸ ਕੋ ਕਾਲ ਸਕਹਿਨ ਹੈ ਖਾਏ ਦੇਖੋ ਉਹ ਗੁਰੂ ਪਾਤਸ਼ਾਹ ਜੀ ਹਨ ਜਿਨ੍ਹਾਂ ਨੂੰ ਕਾਲ ਸਮਾਂ ਜਾਂ ਉਹ ਮੌਤ ਨੇੜੇ ਵੀ ਨਹੀਂ ਆ ਸਕਦੀ ਉਹਨਾਂ ਵਾਸਤੇ ਨਨ ਐਗਜ਼ਿਸਟੈਂਸ ਹੈ ਨਾ ਟਾਈਮ ਐਗਜ਼ਿਸਟ ਕਰਦਾ ਹੈ ਨਾ ਕਿ ਉਹ ਮੌਤ ਐਗਜ਼ਿਸਟ ਕਰਦੀ ਹੈ ਉਹਨਾਂ ਵਾਸਤੇ ਉਹ ਮਹਾਕਾਲ ਉਹ ਆਪਰਮੇਸ਼ਰ ਹਨ ਜਮ ਰੱਜੂ ਇਹ ਕੀ ਆਧਾਰ ਦੇਖੋ ਪਰ ਇਹ ਗੱਲ ਹੈ ਕਹਿੰਦੇ ਵੀ ਜੇ ਕਿਤੇ ਜਿਹੜਾ ਜਿਵੇਂ ਰੱਸੀ ਤੇ ਸੱਪ ਹੁੰਦੇ ਆ ਨਾ ਰੱਸੀ ਜਿਹੜੀ ਹੈ ਰਾਤ ਵੇਲੇ ਹਨੇਰੇ ਵਿੱਚ ਭਾਵੇਂ ਸੱਪ ਲੱਗਦੀ ਹੈ ਜਦੋਂ ਚਾਨਣ ਹੁੰਦਾ ਹੈ ਉਦੋਂ ਉਹ ਰੱਸੀ ਦੀ ਰੱਸੀ ਨਜ਼ਰ ਆਉਂਦੀ ਹੈ ਕਹਿੰਦੇ ਇਹ ਭਰਮ ਹੈ ਇਹ ਭਰਮ ਅਗਿਆਨਤਾ ਕਰਕੇ ਇਗਨੋਰੈਂਸ ਕਰਕੇ ਹੁੰਦਾ ਹੈ ਇਸੇ ਕਰਕੇ ਗੁਰੂ ਸਾਹਿਬ ਨੂੰ ਉਹੀ ਦੇਖ ਸਕਦੇ ਨੇ ਜਿਨ੍ਹਾਂ ਦੀ ਬੁੱਧੀ ਸਤਿਗੁਰੂ ਨੇ ਆਪ ਸਵਾਰੀ ਹੈ ਆਪਣਾ ਉਪਦੇਸ਼ ਗੁਰਬਾਣੀ ਦਾ ਦੇ ਕਰਕੇ ਦੇਖੋ ਇਤਿਮ ਪਰਪੰਚ ਇਹੋ ਤਸ ਹੈ ਮਝਾਰ ਦੇਖੋ ਇਤਿਮ ਪਰਪੰਚ ਹੀ ਪਰ ਪੰਚ ਇਹ ਸਾਰਾ ਸੰਸਾਰ ਵੀ ਇਸੇ ਤਰ੍ਹਾਂ ਹੀ ਅਗਿਆਨਤਾ ਵਿੱਚ ਦੇਖਿਆ ਜਾਵੇ ਉਹ ਰੱਸੀ ਸਪਦੀ ਨਿਆਈ ਆਉਂਦੀ ਹੈ ਦੇਖੋ ਜੇ ਕਿਤੇ ਅਗਿਆਨਤਾ ਇੱਕ ਨਰਨ ਇਸ ਸੰਸਾਰ ਨੂੰ ਦੇਖਿਆ ਜਾਵੇ ਤਾਂ ਮਾਇਆ ਹੈ ਇਹਦੇ ਵਿੱਚ ਬਹੁਤ ਜਿਹੜੀਆਂ ਹਨ ਤਰਾ ਤਰਾ ਦੀਆਂ ਚੀਜ਼ਾਂ ਦਿਖਾਈ ਦਿੰਦੀਆਂ ਨੇ ਪਰ ਜੇ ਅੰਦਰੋਂ ਗਿਆਨ ਹੋ ਜਾਵੇ ਨੋਲਿਜ ਐਂਡ ਇਲਾਈਟਮੈਂਟ ਹੋ ਜਾਵੇ ਤਾਂ ਫੇ ਸਭ ਕੁਝ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਂਦਾ ਹੈ ਸੂਰਜ ਆਦ ਜੋਤ ਕੀ ਜੋਤ ਦੇਖੋ ਉਹ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਉਹ ਪਰਮੇਸ਼ਰ ਰੂਪ ਨੇ ਜੋ ਸੂਰਜ ਨੂੰ ਵੀ ਚਾਨਣ ਦੇਣ ਵਾਲੇ ਹਨ ਜਿਸ ਅਲੰਬ ਕਰ ਸਕਲ ਉਦੋ ਦੇਖੋ ਉਹਨਾਂ ਦੇ ਆਸਰੇ ਇਹੀ ਜਿਹੜਾ ਹੈ ਸਭ ਕੁਝ ਜਿਹੜਾ ਹਨ ਪੈਦਾਇਸ਼ ਹੁੰਦਾ ਹੈ ਸਭ ਕੁਝ ਸ਼ਕਤੀਮਾਨ ਹੁੰਦਾ ਹੈ ਸਾਰੇ ਕਾਰਜ ਉਹਨਾਂ ਕਰਕੇ ਹੁੰਦੇ ਨੇ ਕਿਉਂਕਿ ਇਹ ਜਿਹੜੀ ਅਗੰਮੀ ਸ਼ਕਤੀ ਨੂੰ ਦੇਣ ਵਾਲੇ ਆਪ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਹਨ ਸੂਖਮਤੇ ਸੂਖਮ ਨਿਤ ਰਹਾ ਦੇਖੋ ਆਪ ਸੂਖਮ ਤੋਂ ਸੂਖਮ ਰਹਿੰਦੇ ਹਨ ਗੁਰੂ ਅੰਗਦ ਦੇਵ ਜੀ ਨੂੰ ਕਿਸੇ ਨੂੰ ਦਿਖਾਉਂਦੇ ਨਹੀਂ ਵੀ ਮੈਂ ਪਰਮੇਸ਼ਰ ਹਾਂ ਆਪਣੇ ਆਪ ਨੂੰ ਬਹੁਤ ਨਿਮਰਤਾ ਵਿੱਚ ਹੀ ਰੱਖਦੇ ਹਨ ਸਤਿਗੁਰੂ ਜੀ ਇੰਦਰਾ ਜੋਤਮਨ ਜਿਸਨਾ ਹੈ ਲਹਾ ਦੇਖੋ ਕਹਿੰਦੇ ਇੰਦਰੀਆਂ ਕਹਿੰ ਲਈਏ ਜੋ ਇੰਦਰੀਆਂ ਹਨ ਇੰਦਰੀਆਂ ਆਪਣੀਆਂ ਅੱਖਾਂ ਹੋ ਗਈਆਂ ਨੱਕ ਹੋ ਗਿਆ ਕੰਨ ਹੋ ਗਏ ਹਾਂਜੀ ਸੋ ਜਿਹੜਾ ਹਨ ਜੇ ਜਿਹੜਾ ਹਨ ਸੈਂਸਰ ਸੈਂਸਰੀ ਆਰਗਨਸ ਜਿਹੜੇ ਹਨ ਚਾਹੇ ਚਮੜੀ ਹੋ ਗਈ ਤੇ ਜਿਹੜਾ ਨੱਕ ਹੋ ਗਿਆ ਇਹ ਸਾਰੇ ਦੇ ਸਾਰੇ ਜਿਹੜੇ ਹਨ ਇਹਨਾਂ ਨਾਲ ਪਰਮੇਸ਼ਰ ਨਹੀਂ ਭਾਵੇਂ ਪਾਇਆ ਜਾਂਦਾ ਇਨਾਂ ਦੇ ਆਸਰੇ ਤੇ ਨਹੀਂ ਕੋਈ ਪਰਮਿਸ਼ਨ ਨੂੰ ਪਾ ਸਕਦਾ ਪਰ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ ਇਸੇ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਪਰਮੇਸ਼ਰ ਆਪ ਪ੍ਰਗਟ ਹੋਏ ਸੰਸਾਰ ਦੇ ਵਿੱਚ ਇਹ ਇੰਦਰੀਆਂ ਰਾਹੀਂ ਵੀ ਸਤਿਗੁਰਾਂ ਨੇ ਆਪਣੇ ਜਿਨ੍ਹਾਂ ਹਨ ਇਸ ਸੰਸਾਰ ਨੂੰ ਦਰਸ਼ਨ ਦਿੱਤੇ ਦੇਖੋ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਪਾਂ ਦਰਸ਼ਨ ਕਰੀਏ ਉਹ ਅੱਖਾਂ ਸਫਲ ਹੁੰਦੀਆਂ ਨੇ ਦੇਖੋ ਇੰਦਰੀਆਂ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰ ਲਏ ਜੋ ਗੁਰਬਾਣੀ ਸੁਣੀ ਦੀ ਹੈ ਤਾਂ ਕੰਨਾਂ ਦੇ ਨਾਲ ਉਹ ਗੁਰੂ ਦੇ ਬਚਨ ਵੀ ਆਪਾਂ ਸੁਣ ਲਏ ਹਨ ਪ੍ਰਤੱਖ ਹੋ ਗਿਆ ਦੇਖੋ ਇਸੇ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਰੂਪ ਨੇ ਕਿਉਂਕਿ ਉਹਨਾਂ ਨੇ ਪਰਮੇਸ਼ਰ ਆਪ ਪ੍ਰਗਟ ਹੋਇਆ ਹੈ ਇਸ ਕਰਕੇ ਕਈ ਸਿੱਖਾਂ ਦੇ ਵਿੱਚ ਅੱਜ ਇਹ ਡਾਊਟ ਪੈ ਜਾਂਦਾ ਹੈ ਕਿ ਗੁਰੂ ਮਹਾਰਾਜ ਦੇ ਜਿਹੜੀਆਂ ਪੇਂਟਿੰਗਸ ਹਨ ਜਾਂ ਫੋਟੋ ਹਨ ਨਹੀਂ ਰੱਖਣੇ ਚਾਹੀਦੇ ਦੇ ਇਹ ਜਿਹੜੀਆਂ ਗਲਤ ਹੈ ਦੇਖੋ ਗੁਰੂ ਸਾਹਿਬ ਨੇ ਆਪਣੇ ਸਮੇਂ ਵਿੱਚ ਆਪ ਆਪਣੀਆਂ ਪੇਂਟਿੰਗਸ ਕਰਵਾਈਆਂ ਤੇ ਅੱਜ ਮਹਾਰਾਜ ਦੇ ਦਰਸ਼ਨ ਆਪਾਂ ਪ੍ਰਤੱਖ ਉਹਨਾਂ ਦੇ ਸਰੀਰ ਦੇ ਵੀ ਕਰ ਸਕਦੇ ਹਾਂ ਗੁਰੂ ਸ਼ਬਦ ਦੇ ਵੀ ਕਰ ਸਕਦੇ ਹਾਂ ਹਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਉਹਨਾਂ ਦੇ ਸਰੂਪ ਹਨ ਤੋ ਆਪ ਉਹਨਾਂ ਦੇ ਜਿਹੜੇ ਅਟਲ ਸਰੀਰ ਹਨ ਤੇ ਉਹਨਾਂ ਦੀ ਸੇਵਾ ਕਰਨੀ ਪ੍ਰਤੱਖ ਗੁਰੂ ਦੀ ਸੇਵਾ ਕਰਨੀ ਹੈ ਤੇ ਦੇਖੋ ਗੁਰੂ ਮਾਰਾ ਨੇ ਕਿੰਨੀ ਕਿਰਪਾ ਕੀਤੀ ਜਿਹੜੇ ਵੱਡੇ ਵੱਡੇ ਜਿਹੜੇ ਯੋਗੀ ਲੋਕ ਸਨ ਕਿੰਨੇ ਹਜ਼ਾਰਾਂ ਸਾਲ ਬਹਿ ਕੇ ਤਪ ਕਰਦੇ ਉਹਨਾਂ ਨੂੰ ਕਈ ਵਾਰੀ ਦਰਸ਼ਨ ਵੀ ਨਹੀਂ ਹੁੰਦੇ ਸਨ ਪਰ ਦੇਖੋ ਆਪਾਂ ਨੂੰ ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ ਹੱਥਾਂ ਪੈਰਾਂ ਦੇ ਨਾਲ ਆਪਾਂ ਸੇਵਾ ਕਰ ਸਕਦੇ ਹਾਂ ਪ੍ਰਤੱਖ ਗੁਰੂ ਦੀ ਦਰਸ਼ਨ ਕਰ ਸਕਦੇ ਹਾਂ ਬਚਨ ਸੁਣ ਸਕਦੇ ਹਾਂ ਉਹਨਾਂ ਦੀ ਸੰਗਤ ਕਰ ਸਕਦੇ ਹਾਂ ਉਹਨਾਂ ਦੇ ਅੱਗੇ ਅਰਦਾਸ ਕਰਕੇ ਹੁਕਮ ਉਹਨਾਂ ਦਾ ਸਕਦੇ ਹਾਂ ਸਦਾ ਮਹਦ ਤੇ ਜੋ ਮਹੀਾਨ ਦੇਖੋ ਸਾਰਿਆਂ ਤੋਂ ਵੱਡਿਆਂ ਤੋਂ ਵੱਡੇ ਗੁਰੂ ਸਾਹਿਬ ਜੀ ਆਪ ਹੀ ਹਨ ਉਹਨਾਂ ਤੋਂ ਵੱਡਾ ਕੋਈ ਨਹੀਂ ਹੈਗਾ ਪਾਰ ਨਾ ਪਾਵਹਿ ਸ਼ਕਤੀ ਵਾਨ ਦੇਖੋ ਉਹਨਾਂ ਦੀ ਸ਼ਕਤੀ ਕਿੰਨੀ ਕਾ ਕਹਿੰਦੇ ਕਿਸੇ ਤੋਂ ਪਾਰ ਨਹੀਂ ਪਾਇਆ ਜਾਂਦਾ ਕੌਣ ਦੱਸੇ ਜੀ ਉਹਨਾਂ ਦੀ ਸ਼ਕਤੀ ਕਿੰਨੀ ਕ ਹੈ ਕੋਈ ਵੀ ਆਰ ਪਾਰ ਨਹੀਂ ਉਹਨਾਂ ਦੀ ਸ਼ਕਤੀ ਦਾ ਕੋਈ ਐਂਡ ਨਹੀਂ ਅਨਲਿਮਿਟਿਡ ਹੈ ਬਿਯੋਂਡ ਜਿਹੜਾ ਹੈ ਉਹ ਬਿਯੋਂਡ ਤੋਂ ਬਿਯੋਂਡ ਹਨ ਪ੍ਰਗਟ ਵਿਸਾਲ ਜਾਨੀਤ ਐਸੇ ਇਸ ਕਰਕੇ ਉਹ ਪ੍ਰਗਟ ਰੂਪ ਦੇ ਵਿੱਚ ਵੱਡੇ ਪਰਮਾਤਮਾ ਦੇਖੋ ਆਪਣੇ ਇੱਕ ਮਨੁੱਖੀ ਸਰੀਰ ਦੇ ਵਿੱਚ ਦਰਸ਼ਨ ਦੇ ਰਹੇ ਹਨ ਇਸ ਕਰਕੇ ਪ੍ਰਗਟ ਵਿਸਾਲ ਉਹ ਵਿਸਾਲ ਪਰਮਾਤਮਾ ਵੱਡਾ ਪਰਮਾਤਮਾ ਆਪਣੇ ਜਿਹਨਾਂ ਹਨ ਇੱਕ ਸਰੂਪ ਦੇ ਵਿੱਚ ਪ੍ਰਗਟ ਹੋ ਕੇ ਜਾਣਿਤ ਐਸੇ ਜਿਹੜੇ ਗਿਆਨਵਾਨ ਹਨ ਉਹਨਾਂ ਨੂੰ ਤਾਂ ਮਹਾਰਾਜ ਫੇ ਦਿਖਦੇ ਹਨ ਉਹ ਤਾਂ ਪਰਮੇਸ਼ਰ ਕਰਕੇ ਦੇਖਦੇ ਹਨ ਸੋ ਇਹੀ ਮਤ ਆਪਾਂ ਰੱਖਣੀ ਹੈ ਜਿਵੇਂ ਬੈਨਫੁਰ ਹਨ ਮੇਖਣਾ ਕੈਸੇ ਦੇਖੋ ਕਹਿੰਦੇ ਪਲਕ ਮਾਤਰ ਵੀ ਅੱਖਾਂ ਦੇ ਫਲਿੱਕਰ ਜਿੰਨਾ ਵੀ ਸਮਾ ਜਿਹੜਾ ਹੈ ਕੁਝ ਵੀ ਕਿਸੇ ਨੂੰ ਫੁਰਦਾ ਨਹੀਂ ਆਪਣੇ ਜਿਹੜੇ ਟੋਟ ਸਨ ਆਪਣਾ ਜਿਹੜੇ ਸਰੀਰ ਦੇ ਡੀਟ ਸਨ ਐਕਸ਼ਨਸ ਹਨ ਕਰਮ ਹਨ ਇਹ ਵੀ ਉਹਦੇ ਆਸਰੇ ਹੀ ਹੈ ਇਹ ਜਿਹੜਾ ਪੱਤਾ ਵੀ ਹਿਲਦਾ ਹੈ ਉਹਨਾਂ ਦੀ ਮਰਜ਼ੀ ਨਾਲ ਹੀ ਹਿਲਦਾ ਹੈ ਕਿੱਧਰ ਨੂੰ ਹਿਲਣਾ ਉਹ ਵੀ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਹੈ ਕਹਿੰਦੇ ਦੇਖੋ ਪਰਮਾਤਮਾ ਦਾ ਸਰੂਪ ਆਪ ਪਰਮੇਸ਼ਰ ਸਰੂਪ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਹਨ ਦੁਰਯੋ ਮਹਾਨ ਨਾ ਜਾਣਿਓ ਜਾਏ ਕਿ ਪਰ ਮਹਾਨ ਯਾਰ ਦੁਰਯੋ ਮਹਾਨ ਅਗਿਆਨਤਾ ਕਰਕੇ ਉਹ ਬਹੁਤ ਹੀ ਲੁਕੇ ਹੋਏ ਹਨ ਇਹ ਗਿਆਨ ਕਰਕੇ ਉਹ ਪ੍ਰਗਟ ਰੂਪ ਹਨ ਇਹੀ ਫਰਕ ਹੈ ਸਾਰਾ ਰੂਪ ਰੰਗ ਕੁਝ ਖਾਏ ਨਾ ਖਾਏ ਦੇਖੋ ਉਹ ਨਿਰਗੁਣ ਸਰੂਪ ਦੇ ਵਿੱਚ ਉਹਨਾਂ ਦਾ ਰੂਪ ਤੇ ਰੰਗ ਕੁਝ ਜਾਣਿਆ ਨਹੀਂ ਜਾਂਦਾ ਪਰ ਦੇਖੋ ਪਰਮੇਸ਼ਰ ਨੇ ਕੀਤੀ ਕਿਰਪਾ ਆਪ ਆਪਣੇ ਦਰਸ਼ਨ ਅਕੇ ਦਿੱਤੇ ਅੱਜ ਜਿਹੜੇ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ ਤੁਸੀਂ ਬੜਾ ਭਾਗੇ ਹੋ ਕਿਉਂਕਿ ਉਹ ਦਰਸ਼ਨ ਤੁਸੀਂ ਪ੍ਰਤੱਖ ਪਰਮਾਤਮਾ ਦੇ ਕਰ ਰਹੇ ਹੋ ਅਚਰਜ ਰੂਪ ਜੋ ਐਸੋ ਆ ਦੇਖੋ ਇਹ ਅਚਰਜ ਰੂਪ ਹੈ ਇਹ ਜਿਹੜਾ ਹੈ ਬੜਾ ਹੈਰਾਨ ਕਰਨ ਵਾਲਾ ਸਰੂਪ ਹੈ ਪਹ ਤਿਸ ਕੋ ਨਾਮ ਵਾਹਿ ਕਰਕ ਹੈ ਗੋ ਇਸ ਕਰਕੇ ਉਹ ਪਰਮਾਤਮਾ ਦਾ ਨਾਮ ਵਾਹਿ ਕਿਹਾ ਹੈ ਜਿਨ੍ਹਾਂ ਦਾ ਜਿਹੜਾ ਹਨ ਜੇ ਪ੍ਰੇਸ਼ ਕਰੀਏ ਜੇ ਉਹਨਾਂ ਦੇ ਉਸਤਤ ਕਰੀਏ ਜੇ ਉਹਨਾਂ ਦੇ ਗੁਣ ਗਾਈਏ ਜੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਵਾਹਿ ਹੈ ਨਿਕਲਦਾ ਹੈ ਹੋਰ ਕੀ ਕਹਿ ਸਕਦੇ ਹਾਂ ਉਹ ਮਨ ਬਾਣੀ ਤੋਂ ਪਰੇ ਹੈ ਕਰਖ ਹੈ ਗੋ ਕਹਿੰਦਾ ਜਿਹੜਾ ਹਾਂ ਫਿਰ ਉਸ ਤੋਂ ਬਾਅਦ ਵਾਹਿ ਗੁਰੂ ਦਾ ਹੁਣ ਸ਼ਬਦ ਦੇ ਅਰਥ ਆਉਂਦੇ ਹਨ ਵਾਹਿ ਤਾਂ ਹੋ ਗਿਆ ਕਹਿੰਦੇ ਗੋ ਜਿਹੜਾ ਸ਼ਬਦ ਹੈ ਤਮ ਜੜ ਅਗਿਆਨ ਅਨਿਤ ਕਹਿੰਦੇ ਇਹ ਤਮ ਇਹ ਜਿਹੜਾ ਤਮ ਹੈ ਤਮੋ ਤਮੋ ਗੁਣੀ ਜੜ ਇਹ ਅਗਿਆਨਤਾ ਸਹਤ ਹੈ ਇਹ ਇਗਨੋਰੈਂਸ ਹੈ ਗੋ ਕਰ ਪ੍ਰਕਾਸ਼ ਚੇਤਨ ਰੂ ਨਿਤ ਤੇ ਰੂ ਵਾਹਿਗੁਰੂ ਕਹਿ ਲਿਏ ਜੋ ਰੂ ਸ਼ਬਦ ਹੈ ਇਹ ਪ੍ਰਕਾਸ਼ ਦਾ ਗਿਆਨ ਵਾਲਾ ਹੈ ਐਸੋ ਨਾਮ ਵਾਹਿਗੁਰੂ ਜੋਈ ਸੋ ਐਸੋ ਨਾਮ ਵਾਹਿਗੁਰੂ ਹੈ ਜਿਹੜਾ ਇੱਕ ਸ਼ਬਦ ਦੇ ਵਿੱਚ ਉਹ ਅਸਤਲ ਚ ਰੂਪ ਪਰਮਾਤਮਾ ਜੋ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹਨ ਸ੍ਰੀ ਅੰਗਦ ਬਪ ਧਰ ਕਰ ਸੋਈ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹੀ ਸਰੂਪ ਪਰਮਾਤਮਾ ਦਾ ਹੈ ਜੋ ਜੇ ਰੂਪ ਦੇ ਵਿੱਚ ਜਿਹੜਾ ਹਨ ਦੂਜੇ ਗੁਰੂ ਨਾਨਕ ਹੋ ਕੇ ਪ੍ਰਕਾਸ਼ ਕਰ ਰਹੇ ਹਨ ਜਗਤ ਵਿਖੇ ਬਨ ਭਗਤ ਦਿਖਾਵੇ ਦੇਖੋ ਜਗਤ ਵਿਖੇ ਜਗਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਰੀਰ ਕਰਕੇ ਭਗਤੀ ਦਾ ਸਰੂਪ ਦਿਖਾ ਰਹੇ ਹਨ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਮਹਿਸ ਰੂਪ ਆਪਣੋ ਵਿਦਤਾਵੇ ਕਿਤੇ ਵੀ ਆਪਣੇ ਸਰੂਪ ਨੂੰ ਪ੍ਰਗਟ ਨਹੀਂ ਕਰਦੇ ਦੁਨੀਆ ਅੱਗੇ ਛੁਪਾ ਕੇ ਰੱਖਦੇ ਹਨ ਨਿਮਰਤਾ ਚ ਹੀ ਰਹਿੰਦੇ ਹਨ ਕਰਨੋ ਸਿਮਰਨ ਸ੍ਰੀ ਸਤਨਾਮ ਦੇਖੋ ਕਰਨੋ ਸਿਮਰਨ ਆਪ ਵੀ ਸਿਮਰਨ ਸਤਨਾਮ ਦਾ ਕਰਦੇ ਹਨ ਆਪ ਕਰਕੇ ਤੇ ਸਿੱਖਾਂ ਨੂੰ ਆਪਣੇ ਜਿਹੜੇ ਹਨ ਉਪਦੇਸ਼ ਦੇ ਕੇ ਇਹ ਸਿਮਰਨ ਦੀ ਬਖਸ਼ਿਸ਼ ਕਰਦੇ ਹਨ ਉਪਦੇਸ਼ਤ ਜਗ ਕੋ ਬਸ ਤਾਮ ਦੇਖੋ ਕਹਿੰਦੇ ਉਪਦੇਸ਼ਤ ਉਪਦੇਸ਼ ਵੀ ਉਹ ਵਾਹਿਗੁਰੂ ਦਾ ਸਿਮਰਨ ਦਾ ਹੀ ਕਰਦੇ ਹਨ ਦੇਖੋ ਜੇ ਆਪ ਵਾਹਿਗੁਰੂ ਕਹਿੰਦੇ ਹਨ ਤਾਂ ਸਿੱਖਾਂ ਤੋਂ ਵੀ ਵਾਹਿਗੁਰੂ ਦਾ ਹੀ ਸਿਮਰਨ ਕਰਾਉਂਦੇ ਹਨ ਕੋਈ ਫਰਕ ਨਹੀਂ ਰੱਖਿਆ ਉਹੀ ਸਰੂਪ ਉਹ ਪਰਮਾਤਮਾ ਉਹੀ ਕੁਝ ਦੰਦਾਏ ਦੇਖੋ ਨਾ ਇਹੀ ਫਰਕ ਹੈ ਜਦੋਂ ਦੇਵਤੇ ਆਏ ਉਹਨਾਂ ਨੇ ਜਾਂ ਪਗੰਬਰ ਦੁਨੀਆ ਤੇ ਆਉਂਦੇ ਹਨਾ ਪ੍ਰੋਫਟ ਉਹ ਕੀ ਕਰਦੇ ਹਨ ਉਹ ਆਪਣੀ ਹਸਤੀ ਨੂੰ ਬਚਾ ਲੈ ਰੱਖਦੇ ਹਨ ਉਹ ਕਹਿੰਦੇ ਹਨ ਆਪਣੇ ਸ਼ਗਿਰਦਾਂ ਨੂੰ ਆਪਣੇ ਫੋਲੋਅਰਸ ਨੂੰ ਕਿ ਜੇ ਤੂੰ ਪਰਮਾਤਮਾ ਨੂੰ ਮਿਲਣਾ ਹੈ ਤਾਂ ਤੈਨੂੰ ਮੇਰੀ ਅਰਾਧਨਾ ਕਰਨੀ ਪਊਗੀ ਤੂੰ ਮੰਨੂ ਮੰਨੇਗਾ ਤਾਂ ਮੈਂ ਤੈਨੂੰ ਪਰਮਾਤਮਾ ਨਾਲ ਮਿਲਾਵਾਂਗਾ ਪਾ ਇੱਥੇ ਪਰਮਾਤਮਾ ਆਪ ਹਨ ਗੁਰੂ ਅੰਗਦ ਦੇਵ ਜੀ ਉਹ ਉਪਦੇਸ਼ ਦੇ ਕੇ ਸਿੱਧੇ ਆਪਣੇ ਆਪ ਨਾਲ ਹੀ ਮਿਲਾਉਂਦੇ ਹਨ ਸਤ ਸੰਗਤ ਸੇਵਨ ਸਿਖਰਾਵੇ ਦੇਖੋ ਸਾ ਸੰਗਤ ਨੂੰ ਸਿਮਰਨ ਕਰਨਾ ਉਹ ਜਿਹੜਾ ਹਨ ਬੁੱਧੀ ਨੂੰ ਜਿਹੜਾ ਹਨ ਸਾਫ਼ ਕਰਨਾ ਤਿਆਰ ਕਰਨਾ ਮਨ ਵਿੱਚ ਜਿਹੜੇ ਹਨ ਵਲਵਲੇ ਜਿਹੜੇ ਉਹ ਦੂਰ ਕਰਕੇ ਮਾਇਆ ਦੇ ਇੱਕ ਜੋਤੀ ਸੂਰੂ ਪਰਮਾਤਮਾ ਨੂੰ ਅੰਦਰ ਵਸਾਉਣਾ ਇਹੀ ਉਪਦੇਸ਼ ਦਿੰਦੇ ਹਨ ਭਾਉ ਭਗਤ ਕੀ ਰੀਤ ਚਲਾਵੇ ਦੇਖੋ ਇਹੀ ਪ੍ਰੇਮਾ ਭਗਤੀ ਦੀ ਰੀਤੀ ਗੁਰੂ ਸਾਹਿਬ ਜੀ ਨੇ ਚਲਾਈ ਸੰਸਾਰ ਦੇ ਵਿੱਚ ਸ੍ਰੀ ਪਰਮੇਸ਼ਰ ਕੇ ਹਮਦਾਸ ਦੇਖੋ ਕੀ ਕਹਿੰਦੇ ਹਨ ਗੁਰੂ ਅੰਗਦ ਦੇਵ ਜੀ ਸੰਗਤ ਨੂੰ ਵੀ ਉਹ ਸ੍ਰੀ ਜੋ ਮਾਇਆ ਦਾ ਪਤੀ ਪਰਮੇਸ਼ਰ ਹੈ ਨਿਰਗੁਣ ਸਰੂਪ ਕਹਿੰਦੇ ਉਹਦੇ ਅਸੀਂ ਦਾਸ ਹਾਂ ਸੇਵਕ ਹਾਂ ਨਿਰਹੰਕਾਰ ਅਲੋਭ ਨਿਰਾਸ ਦੇਖੋ ਨਿਰਹੰਕਾਰ ਕਹਿੰਦੇ ਨਿਰਹੰਕਾਰ ਅਲੋਭ ਨਿਰਾਸ ਕਹਿੰਦੇ ਕਿ ਉਹ ਕਹਿੰਦੇ ਇਹ ਗੁਣ ਜਿਹੜੇ ਹਨ ਪਰਮਾਤਮਾ ਦੇ ਜੋ ਨਿਰਹੰਕਾਰ ਹੈ ਪਰਮਾਤਮਾ ਪਰਮਾਤਮਾ ਵਿੱਚ ਹੰਕਾਰ ਨਹੀਂ ਉਹ ਅਲੋਭ ਹੈ ਉਹਦੇ ਵਿੱਚ ਲੋਭ ਕੋਈ ਨਹੀਂ ਤੇ ਉਹ ਸੰਸਾਰ ਵੱਲੋਂ ਨਿਰਾਸ ਰਹਿੰਦੇ ਨੇ ਕਿਉਂਕਿ ਉਹ ਸਰੂਪ ਦੇ ਵਿੱਚੋਂ ਹੀ ਮਾਇਆ ਪੈਦਾ ਹੋਈ ਹੈ ਮਾਇਆ ਕਿਉਂ ਪੈਦਾ ਹੋਈ ਸਾਰਿਆਂ ਦੇ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਇਹੀ ਮਾਇਆ ਦਾ ਜਿਹੜਾ ਹੈ ਇਸ ਕਾਰਨ ਕਰਕੇ ਬਣੀ ਹੈ ਪਰਮੇਸ਼ਰ ਭਾਣਾ ਸੁਭ ਭਾਵਨ ਇਸ ਕਰਕੇ ਕਹਿੰਦੇ ਗੁਰੂ ਮਹਾਰਾਜ ਦਾ ਉਪਦੇਸ਼ ਹੈ ਕਿ ਪਰਮੇਸ਼ਰ ਦੇ ਭਾਣੇ ਵਿੱਚ ਹੀ ਖੁਸ਼ ਰਿਆ ਕਰੋ ਉਹ ਪਰਮੇਸ਼ਰ ਦੇ ਭਾਣੇ ਵਿੱਚ ਹੀ ਸਾਰੀਆਂ ਖੁਸ਼ੀਆਂ ਹਨ ਤੇ ਸੁਭ ਭਾਵਨ ਉਹੀ ਮਨ ਨੂੰ ਚੰਗਾ ਲੱਗਣਾ ਚਾਹੀਦਾ ਹੈ ਕਾਇਆ ਤੇ ਹੰਤਾ ਸੋ ਉਠਾਵਨ ਕਿੰਦੇ ਇਹ ਸਰੀਰ ਤੋਂ ਹੰਕਾਰ ਉਠਾ ਲਓ ਇਹ ਹੰਕਾਰ ਜਿਹੜਾ ਹੈ ਸਰੀਰ ਨਾਲ ਜੁੜਿਆ ਹੋਇਆ ਸਰੀਰ ਨੂੰ ਆਪਣਾ ਮੰਨਣਾ ਇਹ ਆਪਣੀ ਜਾਇਦਾਦ ਮੰਨਣੀ ਆਪਣਾ ਹੱਕ ਮੰਨਣਾ ਇਹ ਹਟਾ ਦਿਓ ਇਹ ਨਹੀਂ ਕਰਨਾ ਚਾਹੀਦਾ ਸਰੀਰ ਆਪਣਾ ਨਹੀਂ ਹੈ ਨਿਤ ਸੰਤਨ ਦੀ ਸੇਵਾ ਕਰਨੀ ਤੇ ਨਿਤ ਹੀ ਜਿਹੜਾ ਹਨ ਇਸ ਧਰੀ ਨੂੰ ਸਫਲ ਕਰਨ ਵਾਸਤੇ ਸੰਤਾਂ ਸਾਧਾਂ ਦੀ ਸੇਵਾ ਕਰਨੀ ਹੈ ਹਰ ਵੇਲੇ ਸਤ ਸੰਗਤ ਮਹਿ ਚਿਤ ਬ੍ਰਿਤ ਧਰਨੀ ਕੇ ਸਾ ਸੰਗਤ ਵਿੱਚ ਆਪਣੀ ਬ੍ਰਿਤੀ ਨੂੰ ਟਿਕਾ ਕੇ ਰੱਖਣਾ ਹੈ ਸਾ ਸੰਗਤ ਵਿੱਚ ਮਿਲ ਕੇ ਉਹ ਪਰਮੇਸ਼ਰ ਦੇ ਨਾਮ ਵਿੱਚ ਆਪਣੀ ਬ੍ਰਿਤੀ ਨੂੰ ਜੋੜਨਾ ਚਿਤ ਨੂੰ ਜੋੜਨਾ ਹੈ ਆਪਾ ਨਹੀਂ ਜਨਾਵਨ ਕਰਨਾ ਕਿਤੇ ਵੀ ਆਪਾ ਨਹੀਂ ਜਨਾਉਣਾ ਭਾਵੇਂ ਅਵਸਥਾ ਕਿੰਨੀ ਵੀ ਵੱਧ ਜਾਵੇ ਤੰਦਰੋਂ ਕਿੰਨਾ ਵੀ ਪ੍ਰਕਾਸ਼ ਹੋ ਜਾਵੇ ਲੋਕਾਂ ਨੂੰ ਨਹੀਂ ਜਾ ਕੇ ਦੱਸਣਾ ਭਾਈ ਮੇਰਾ ਇਹ ਹੋ ਗਿਆ ਉਹ ਹੋ ਗਿਆ ਤੇ ਲੋਕਾਂ ਨੂੰ ਕਹਿਣਾ ਹੁਣ ਮੰਨੂ ਮੱਥਾ ਟੇਕਿਆ ਕਰੋ ਇਸ ਪ੍ਰਕਾਰ ਕਰਕੇ ਕਈ ਐਸੇ ਵੀ ਹਨ ਥੋੜਾ ਬਹੁਤਾ ਜਬ ਤਬ ਕਰਕੇ ਲੋਕਾਂ ਨੂੰ ਆਪਣੇ ਹੀ ਆਪਣੇ ਪੈਰਾਂ ਤੇ ਮੱਥਾ ਟਿਕਾਈ ਜਾਂਦੇ ਨੇ ਆਪਣੀ ਪੂਜਾ ਸ਼ੁਰੂ ਕਰ ਦਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਨਮਤ ਹੈ ਤੇ ਇਹਦੇ ਉੱਤੇ ਜਿਹੜਾ ਦੂਰ ਹੀ ਰਹਿਣਾ ਚਾਹੀਦਾ ਹੈ ਦਾਸਨ ਦਾਸ ਦਾਸ ਨਿਜ ਬਰਨੋ ਦੇਖੋ ਦਾਸਾਂ ਦੇ ਦਾਸ ਉਹ ਦਾਸਾਂ ਦੇ ਅੱਗੇ ਦਾਸ ਬਣ ਕੇ ਜਿਉਣਾ ਹੈ ਦੇਖੋ ਕਿੰਨੀ ਨਿਮਰਤਾ ਹੈ ਤੱਟ ਲੈਵਲ ਹੋ ਗਿਆ ਜੀ ਪਹਿਲਾਂ ਤਾਂ ਜਿਹੜਾ ਹਨ ਗੁਰੂ ਸਾਹਿਬ ਦੇ ਜਿਹੜੇ ਦਾਸ ਹਨ ਉਹਨਾਂ ਦਾਸਾਂ ਦੇ ਦਾਸ ਬਣ ਕੇ ਉਹਨਾਂ ਦੀ ਸੇਵਾ ਕਰਨੀ ਹੈ ਜੋ ਉਹਨਾਂ ਦੀ ਸੇਵਾ ਕਰਦੇ ਉਹਨਾਂ ਦੇ ਅੱਗੇ ਦਾਸ ਬਣ ਕੇ ਉਹਨਾਂ ਦੀ ਸੇਵਾ ਵੀ ਕਰਨੀ ਹੈ ਦੇਖੋ ਕਿੰਨੀ ਦੂਰ ਤੱਕ ਚਲਿਆ ਗਿਆ ਕੰਮ ਦੇਖੋ ਐਸੀ ਭਾਵਨਾ ਗੁਰਸਿੱਖ ਵਿੱਚ ਚਾਹੀਦੀ ਹੈ ਪਰਮ ਪ੍ਰੇਮ ਪਰਮੇਸ਼ਰ ਮਾਹੀ ਦੇਖੋ ਪਰਮ ਸ੍ਰਿਸ਼ਟ ਪ੍ਰੇਮ ਰੱਖਣਾ ਹੈ ਪਰਮੇਸ਼ਰ ਚ ਕੋਈ ਮਤਲਬ ਨਹੀਂ ਰੱਖਣਾ ਇਹ ਨਹੀਂ ਕਹਿਣਾ ਵੀ ਉਦੋਂ ਹੀ ਅਰਦਾਸ ਕਰਨੀ ਹੈ ਬਾਣੀ ਉਦੋਂ ਹੀ ਪਾਣੀ ਜਦੋਂ ਕੋਈ ਲੋੜ ਹੈ ਕਹਿੰਦੇ ਲੋੜ ਜਿਹੜੀ ਹੁੰਦੀ ਹੈ ਇਹ ਤਾਂ ਜਿਹੜੇ ਕਰਮਾਂ ਅਨਸਾਰ ਹੁੰਦੀਆਂ ਰਹਿਣੀਆਂ ਹਨ ਕਹਿੰਦੇ ਵੀ ਨਿਸ਼ਕਾਮਤਾ ਦੇ ਵਿੱਚ ਹੀ ਜਿਹੜਾ ਹਨ ਬਿਲਕੁਲੀ ਭਾਵਨਾ ਕੋਈ ਵੀ ਨਹੀਂ ਰੱਖਣੀ ਤੇ ਸਿਰਫ ਗੁਰੂ ਦੀ ਸੇਵਾ ਪ੍ਰੇਮ ਨਾਲ ਕਰਨੀ ਹੈ ਪਿਆਰ ਨਾਲ ਕਰਨੀ ਹੈ ਇਹ ਨਹੀਂ ਕਹਿਣਾ ਵੀ ਮੈਂ ਸੇਵਾ ਕਰ ਲਈ ਮੈਂ ਇਹ ਮੰਗ ਲੈਣਾ ਅੱਜ ਮੈਂ ਉਹ ਮੰਗਣਾ ਨਹੀਂ ਭਾਈ ਇਹ ਜਿਹੜੀਆਂ ਗੱਲਾਂ ਨੇ ਇਹ ਜੋ ਮੰਗਾਗੇ ਤਾਂ ਉਹ ਜਿਹੜਾ ਮੰਗਣਾ ਮੰਗਣਾ ਮੰਗਣ ਨੀ ਕਾ ਹਰ ਜਸ ਗੁਰਤੇ ਮੰਗਣਾ ਇਹ ਮਾਰਾ ਦਾ ਉਪਦੇਸ਼ ਹੈ ਬੇਨਤੀ ਕਰਨ ਸੋ ਮੈਂ ਕੁਝ ਨਾ ਹੀ ਦੇਖੋ ਬੇਨਤੀ ਅਰਦਾਸ ਕਰਨੀ ਹਰ ਵੇਲੇ ਗੁਰੂ ਸਾਹਿਬ ਦੇ ਅੱਗੇ ਕਿ ਮੈਂ ਕੁਝ ਵੀ ਨਹੀਂ ਹਾਂ ਮੇਰੇ ਵਿੱਚ ਕੁਝ ਵੀ ਨਹੀਂ ਹਾਂ ਮੈਂ ਕੁਝ ਨਹੀਂ ਕਰਨ ਜੋਗਾ ਹੈਗਾ ਕਰਨ ਕਰਾਵ ਨਾ ਕੋ ਇੱਕ ਦਾਤਾ ਦੇਖੋ ਕਰਨ ਤੇ ਕਰਾਉਣ ਵਾਲਾ ਇੱਕੋ ਹੀ ਦਾਤੇ ਨੂੰ ਪਹਿਚਾਨਣਾ ਕਰੋ ਕਿ ਕਰਾਉਣ ਤੇ ਕਰਨ ਵਾਲਾ ਇੱਕ ਹੀ ਪਰਮੇਸ਼ਰ ਹੈ ਆਪਾ ਕੁਝ ਵੀ ਨਹੀਂ ਕਰਨ ਵਾਲੇ ਹੈਗੇ ਜੇ ਐਸਾ ਸੋਚਾਂਗੇ ਤਾਂ ਫਿਰ ਦੇਖੋ ਨਾ ਕੋਈ ਮਿੱਤਰ ਨਾ ਕੋਈ ਦੁਸ਼ਮਣ ਹੈ ਨਾ ਕੋਈ ਚੰਗਾ ਨਾ ਕੋਈ ਮਾੜਾ ਹੈ ਸੰਸਾਰ ਵਿੱਚ ਜੇ ਕਰਨ ਤੇ ਕਰਾਉਣ ਵਾਲਾ ਇੱਕੋ ਇੱਕ ਪਰਮੇਸ਼ਰ ਆਪ ਹੈ ਇਸੇ ਕਰਕੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਚੰਦੂ ਚੰਦੂ ਨੇ ਜਿਹੜਾ ਹੈ ਬੜੇ ਤਸੀਹੇ ਦਿੱਤੇ ਤੇ ਉਸ ਵੇਲੇ ਭਾਈ ਪਿਰਾਣਾ ਜੀ ਨੇ ਕਿਹਾ ਕਿ ਪਾਤਸ਼ਾਹ ਜੀ ਹੁਕਮ ਕਰ ਦਿਓ ਲਾਹੌਰ ਦਿੱਲੀ ਦੀ ਇਟਨਾ ਇਟ ਖੜਕਾ ਦੰਨੇ ਹਾਂ ਮਹਾਰਾਜ ਕਹਿੰਦੇ ਸਾਡਾ ਖੇਡ ਹੈ ਮੀਆਂ ਮੀਰ ਆਇਆ ਉਹ ਰੋਇਆ ਆ ਕੇ ਕਹਿੰਦਾ ਪਾਤਸ਼ਾਹ ਹੁਕਮ ਕਰ ਦਿਓ ਮੈਂ ਕੁਝ ਕਰਦਾ ਹਾਂ ਮਹਾਰਾਜ ਕਹਿੰਦੇ ਦੇਖ ਇਹ ਜਿਹੜਾ ਜਿਹੜਾ ਹਨ ਇਹ ਕੁਝ ਜੋ ਹੋ ਰਿਹਾ ਸਾਡੀ ਮਰਜ਼ੀ ਨਾਲ ਹੋ ਰਿਹਾ ਤੂੰ ਦਖਲ ਨਹੀਂ ਵਿੱਚ ਦੇਣਾ ਮਾਰ ਅਨੇ ਕਰਨ ਤੇ ਕਰੋਵਨ ਉਹ ਆਪ ਹੀ ਕਰਨ ਤੇ ਕਰਾਉਣ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਪਰਮੇਸ਼ਰ ਰੂਪ ਪੂਰਨ ਸਰਬothorਸੋ ਜਾਤਾ ਦੇਖੋ ਪੂਰਨ ਕਰਕੇ ਸਾਰੇ ਥਾਵਾਂ ਤੇ ਪਰਮੇਸ਼ਰ ਨੂੰ ਜਾਣਨਾ ਕਰੋ ਇੱਕੋ ਇੱਕ ਪਰਮੇਸ਼ਰ ਹੈ ਜੋ ਹਰ ਥਾਂ ਤੇ ਵਸਦਾ ਹੈ ਕੋਈ ਵੀ ਥਾਂ ਉਤੋਂ ਖਾਲੀ ਨਹੀਂ ਹੈ ਸ਼ਬਦ ਗੁਰੂ ਕੇ ਗਾਵਨ ਕਰਨੇ ਕਹਿੰਦੇ ਇਹ ਸ਼ਬਦ ਗੁਰੂ ਗੁਰੂ ਦੇ ਸ਼ਬਦਾਂ ਨੂੰ ਗਾਉਣਾ ਕਰਨਾ ਹਰ ਵੇਲੇ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਵਿੱਚ ਆਪਣਾ ਚਿੱਤ ਜੋੜ ਕੇ ਰੱਖਣਾ ਹੈ ਕਿਦੋਂ ਸ਼ਬਦ ਧੁਨ ਸਰੋਨਨ ਧਰਨੇ ਕਹਿੰਦੇ ਕਿਦੋਂ ਜਿਹੜਾ ਹ ਕੋਈ ਸਮੇਂ ਵਿੱਚ ਸ਼ਬਦ ਦੀ ਧੁਨ ਆਪਣੇ ਕੰਨਾਂ ਦੇ ਵਿੱਚ ਜਿਹੜਾ ਹਨ ਲਾ ਕੇ ਸੁਣਨੀ ਹੈ ਫਿਰ ਉਹ ਤੁਨ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਹਰ ਵੇਲੇ ਉਸ ਦੇ ਵਿੱਚ ਹੀ ਧਿਆਨ ਜੋੜ ਕੇ ਰੱਖਣਾ ਹੈ ਇਸ ਦਿਨ ਸਿਮਰੋ ਸ੍ਰੀ ਸਤਨਾਮ ਰਾਤ ਦਿਨ ਉਹ ਸਤਨਾਮ ਪਰਮੇਸ਼ਰ ਦੇ ਸਿਮਰਨ ਵਿੱਚ ਹੀ ਚਿੱਤ ਜੋੜ ਕੇ ਰੱਖਣਾ ਹੈ ਦੋਹੇ ਲੋਕਨ ਕੋ ਪੂਰਤ ਕਾਮ ਕਹਿੰਦੇ ਇਹ ਹੀ ਜਿਹੜੇ ਹਨ ਜੋ ਐਸਾ ਕਰਾਂਗੇ ਇਹ ਦੋਨਾਂ ਲੋਕਾਂ ਨੂੰ ਸਵਾਰੇਗਾ ਦੋਨਾਂ ਲੋਕਾਂ ਵਿੱਚ ਸਾਰੇ ਕਾਰਜ ਇਹ ਪੂਰੇ ਕਰੇਗਾ ਇਹੀ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਦਿੱਤਾ ਕਹੇ ਦੇਖੋ ਜੇ ਆਪਣੇ ਦੋਨੋਂ ਲੋਕ ਸਫਲ ਕਰਨੇ ਆ ਲੋਕ ਪਰ ਲੋਕ ਮਰਨ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ ਵਾਲਾ ਜਿਹੜਾ ਜੀਵਨ ਹੈ ਕਹਿੰਦੇ ਇਹ ਸਾਰਾ ਹੀ ਸਫਲ ਹੋ ਜਾਵੇਗਾ ਜੇ ਇਹ ਉਪਦੇਸ਼ ਨੂੰ ਕਮਾਉਂਗੇ ਤੇ ਇਹ ਉਪਦੇਸ਼ ਨੂੰ ਕਮਾਉਣ ਨਾਲ ਹੀ ਜੀਵਨ ਵਿੱਚ ਸਾਰੀਆਂ ਖੁਸ਼ੀਆਂ ਆਨੰਦ ਪ੍ਰਾਪਤ ਹੋਣਗੇ ਇਸ ਵਿਧ ਆਪਣੋ ਆਪ ਛਪਾਏ ਇਸ ਇਸ ਪ੍ਰਕਾਰ ਕਰਕੇ ਗੁਰੂ ਅੰਗਦ ਦੇਵ ਜੀ ਆਪਣੇ ਆਪ ਨੂੰ ਛਪਾ ਕਰਕੇ ਐਸਾ ਉਪਦੇਸ਼ ਸੰਗਤ ਨੂੰ ਦੰਦੇ ਹਨ ਆ ਪਰਮੇਸ਼ਰ ਮੈਂ ਕੈਸੇ ਜਗ ਮਹਿ ਬਿਦਤਾਏ ਕਹਿੰਦੇ ਮੈਂ ਕੈਸੇ ਕਿਦੇ ਵੀ ਸਤਗੁਰੂ ਜਿਨੇ ਕੋਈ ਵੀ ਐਸਾ ਕਾਰਜ ਨਹੀਂ ਕਰਕੇ ਦਿਖਾਇ ਜਿਹਦੇ ਕਰਕੇ ਉਹ ਪ੍ਰਗਟ ਹੋ ਜਾਣ ਤੇ ਉਹਨਾਂ ਦੀਆਂ ਸ਼ਕਤੀਆਂ ਪ੍ਰਗਟ ਹੋ ਜਾਣ। ਜੋ ਨਰ ਅਤ ਪ੍ਰੇਮੀ ਸਿੱਖ ਆਹੇ। ਪਰ ਜਿਹੜਾ ਅਤ ਪ੍ਰੇਮੀ ਹੈ ਬਹੁਤ ਪ੍ਰੇਮ ਕਰਨ ਵਾਲਾ ਜੇ ਕੋਈ ਸਿੱਖ ਆ ਜਾਂਦਾ ਹੈ। ਕਹਿਣਾ ਸੁਣਨਾ ਸ੍ਰੀ ਮੁਖ ਕਰ ਤਾਂ ਹੈ। ਹਾਂ ਕਹਿਣ ਸੁਣਨਾ ਫਿਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੱਚੇ ਸਰੂਪ ਨੂੰ ਪਹਿਚਾਨ ਕਰ ਲੈਂਦਾ ਹੈ। ਉਹਨਾਂ ਨੂੰ ਪਤਾ ਹੁੰਦਾ ਏਹੀ ਰੱਬ ਨੇ, ਏਹੀ ਪਰਮੇਸ਼ਰ ਨੇ। ਤੋਂ ਕਹਿਣ ਸੁਣਾਣਾ ਫਿਰ ਉਹਨਾਂ ਨੂੰ ਸਤਿਗੁਰੂ ਜੀ ਆਪਤਮ ਉਪਦੇਸ਼ ਦੇ ਕੇ ਆਪਣੇ ਵਿੱਚ ਮਿਲਾ ਲੰਦੇ ਹਨ ਲక్ష్ਮੀ ਨਿਤ ਸੇਵਤ ਦਰਬਾਰ ਦੇਖੋ ਲక్ష్ਮੀ ਜਿਹਦੀ ਪੂਜਾ ਦੁਨੀਆ ਕਰਦੀ ਹੈ ਹਰ ਕੋਈ ਮਾਇਆ ਵੈਲਥ ਦੇ ਪਿੱਛੇ ਭੱਜਿਆ ਫਿਰਦਾ ਹੈ ਉਹ ਲక్ష్ਮੀ ਜਿਹੜੀ ਹੈ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਝਾੜੂ ਬਰਦਾਰ ਹੈ ਝਾੜੂ ਦੰਦੀ ਸੇਵਾ ਕਰਦੀ ਹੈ ਸਿੱਧਾ ਪਦ ਅਰਬਿੰਦ ਜੋਹਾਰ ਦੇਖੋ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਕਬਲ ਚਰਨਾਂ ਦੇ ਉੱਤੇ ਜਿਹੜੀਆਂ ਸਿੱਧਾਂ ਸ਼ਕਤੀਆਂ ਹਨ ਰਿੱਧੀਆਂ ਸਿੱਧੀਆਂ ਸਾਰੀਆਂ ਹੀ ਜਿਹੜੀਆਂ ਨਮਸਕਾਰ ਕਰਦੇ ਆਂ ਹੱਥ ਜੋੜ ਕੇ ਉਡੀਕ ਰਹੀਆਂ ਸਤਿਗੁਰੂ ਜੀ ਹੁਕਮ ਕਰਦੇ ਹੋ ਕੋਈ ਸਾਡੀ ਵੀ ਸੇਵਾ ਲੈ ਲਿਓ ਨੌ ਨਿਧਾ ਕਰ ਜੋਰ ਖਰੀ ਹੈ ਦੇਖੋ ਨੌ ਨਿਧਾ ਨੌਖ ਜਾਣੇ ਨਾਈਨ ਟ੍ਰੈਜਰਸ ਆਫ ਦਾ ਐਂਟਾਇਰ ਵਰਲ ਦੇ ਜਿਹੜੇ ਹਨ ਉਹ ਸਾਰੇ ਜਿਹੜੇ ਹਨ ਸਤਿਗੁਰਾਂ ਦੇ ਚਰਣਾਤੇ ਹਨ ਇਸ ਕਰਕੇ ਆਪਾਂ ਮਥਾ ਟੇਕਦੇ ਆ ਨਾ ਹਰ ਵੇਲੇ ਗੁਰੂ ਸਾਹਿਬ ਦੇ ਕਿਉਂਕਿ ਗੁਰੂ ਸਾਹਿਬ ਦੇ ਚਰਣਾ ਵਿੱਚ ਹੀ ਨੌ ਨਿੱਧਾਂ ਹਨ ਰਿੱਧੀਆਂ ਸਿੱਧੀਆਂ ਹਨ ਸਭ ਕੁਝ ਤਾਂ ਗੁਰੂ ਦੇ ਚਰਣਾ ਵਿੱਚ ਵਸਦਾ ਹੈ ਲక్ష్ਮੀ ਮਾਇਆ ਵੀ ਸਾਧੂ ਗੰਦ ਦੇ ਚਰਣਾ ਵਿੱਚ ਹੈ ਜੇ ਜਿਹੜਾ ਹਨ ਕੋਈ ਸਿੱਖ ਮਥਾ ਟੇਕਦਾ ਹੈ ਤਾਂ ਉਹਨਾਂ ਨੂੰ ਵੀ ਪ੍ਰਾਪਤ ਹੁੰਦੀਆਂ ਹਨ ਗੁਰ ਆਇਸ ਅਨੁਸਾਰ ਧਰੀ ਹੈ ਦੇਖੋ ਪਰ ਸਾਰੀਆਂ ਇਹ ਸ਼ਕਤੀਆਂ ਲక్ష్ਮੀ ਤਾਂ ਇਹ ਨੌ ਨਿੱਧਾਂ ਸਾਰੀਆਂ ਸਤਗੁਰੂ ਦੇ ਅਨਸਾਰ ਹੀ ਚੱਲਦੀਆਂ ਹਨ ਗੁਰੂ ਮਹਾਰਾਜ ਦੇ ਹੁਕਮ ਵਿਚ ਹਨ ਇਹ ਸਾਰੀਆਂ ਅਪਰਜੇ ਸਕਤਾ ਅਨੇਕ ਪ੍ਰਕਾਰ ਹੈ ਕਹਿੰਦੇ ਅਪਰਜੇ ਸਕਤਾ ਹੋਰ ਵੀ ਤਰ੍ਹਾਂ ਦੀਆਂ ਜਿਹੜੀਆਂ ਤਾਕਤਾਂ ਸ਼ਕਤੀਆਂ ਹਨ ਹੋਰ ਵੀ ਜਿਹੜੀਆਂ ਜਿੰਨੀਆਂ ਵੀ ਹਨ ਦੁਨੀਆਂ ਵਿੱਚ ਹਰ ਪ੍ਰਕਾਰ ਦੀਆਂ ਚੌਦਸ ਗੁਰ ਕੈ ਨਿਤ ਪਰਵਾਰ ਉਹ ਚਾਰ ਪਾਸੇ ਸਤਗੁਰਾਂ ਦੇ ਹਮੇਸ਼ਾ ਹੀ ਰਹਿੰਦੀਆਂ ਹਨ ਸਤਗੁਰੂ ਮਹਾਰਾਜ ਨੂੰ ਘੇਰੀ ਖੜੀਆਂ ਹਨ ਸਾਰੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਨਿੱਧਾਂ ਦੇ ਖਜਾਨੇ ਹਨ ਦੇਖੋ ਜੇ ਗੁਰੂ ਮਹਾਰਾਜ ਨੂੰ ਖੁਸ਼ ਕਰ ਲਿਓ ਨਾ ਇਹ ਸਾਰੀਆਂ ਹੀ ਖੁਸ਼ੀਆਂ ਤੁਹਾਡੇ ਕਦਮਾਂ ਵਿੱਚ ਆ ਜਾਂਦੀਆਂ ਨੇ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੇਵਾ ਦਾ ਫਲ ਕਿੱਡਾ ਵੱਡਾ ਹੈ ਸਤਿਗੁਰੂ ਦੀ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਪ੍ਰੇਮ ਕਰਨ ਦਾ ਫਲ ਕਿੱਡਾ ਵੱਡਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਜਾਣਨਾ ਦੁਨੀਆਂ ਨੂੰ ਪਿੱਛੇ ਛੱਡਣਾ ਦੇਖੋ ਕਿੰਨਾ ਕੁਝ ਪ੍ਰਾਪਤ ਹੁੰਦਾ ਹੈ ਕੋਈ ਐਸੀ ਚੀਜ਼ ਨਹੀਂ ਜਿਹੜੀ ਨਾ ਪ੍ਰਾਪਤ ਹੋਵੇ ਕਿਉਂਕਿ ਸਭ ਕਰਨ ਕਰਾਉਣ ਵਾਲਾ ਪਰਮਾਤਮਾ ਆਪ ਹੈ ਤੇ ਗੁਰੂ ਸਾਹਿਬ ਜੀ ਉਹੀ ਹਨ ਅੰਗੀਕਾਰ ਨਾ ਤਿਸ ਕੋ ਹੋਵੇ ਦੇਖੋ ਅੰਗੀਕਾਰ ਮਹਾਰਾਜ ਉਹਨਾਂ ਨੂੰ ਅੰਗੀਕਾਰ ਨਹੀਂ ਕਰਦੇ ਐਕਸੈਪਟ ਨਹੀਂ ਕਰਦੇ ਉਹ ਸ਼ਕਤੀਆਂ ਨੂੰ ਨਾ ਨਿਨਿ ਨੋਤ ਸਾਰਿਆਂ ਨੂੰ ਕਭੋ ਨਹੀਂ ਤਨ ਕੀ ਦਿਸ ਜੋ ਵਾ ਕਿਦੇ ਵੀ ਸਤਿਗੁਰੂ ਜੀ ਉਹਨਾਂ ਵੱਲ ਦੇਖਦੇ ਤੱਕ ਵੀ ਨਹੀਂ ਹੁੰਦੇ ਗੁਰੂ ਅੰਗਦ ਦੇਵ ਜੀ ਆਪਣੋ ਨਹਿ ਪ੍ਰਤਾਪ ਕਰ ਸਕ ਹੈ ਦੇਖੋ ਕਹਿੰਦੇ ਆਪਣੋ ਨਹੀਂ ਪ੍ਰਤਾਪ ਪਰ ਉਹ ਸ਼ਕਤੀਆਂ ਜਿਹੜੀਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਾ ਹੋਣ ਕਰਕੇ ਉਹ ਆਪਣੀ ਸ਼ਕਤੀ ਦਾ ਪ੍ਰਗਟਾਵਾ ਮੈਨੀਫੈਸਟ ਵੀ ਨਹੀਂ ਕਰ ਸਕਦੇ ਉਹ ਜਿਹੜੀਆਂ ਨੌ ਨਿੱਧਾਂ 18 ਸਿੱਧੀਆਂ ਸਿੱਧਾਂ ਜਿਹੜੀਆਂ ਹਨ ਲక్ష్ਮੀ ਜਿਹੜੀ ਹੈ ਉਹ ਕੁਝ ਨਹੀਂ ਕਰ ਸਕਦੀ ਜੇ ਗੁਰੂ ਉਹਨੂੰ ਆਗਿਆ ਨਾ ਕਰੇ ਤਾਂ ਤੁਸਨ ਭਏ ਗੁਰੂ ਮੁਖਤਾ ਕਹੈ ਦੇਖੋ ਗੁਰੂ ਮਹਾਰਾਜ ਦੇ ਅੱਗੇ ਸਭ ਕੁਝ ਚੁੱਪ ਕਰਕੇ ਖੜ ਜਾਂਦਾ ਹੈ ਜਿਹੜਾ ਦੁਨੀਆਂ ਦੇ ਦੇਣਾ ਹਨ ਦੁਨੀਆਂ ਨੂੰ ਪਾਗਲ ਕਰੀ ਬੈਠਾ ਹੈ ਦੇਖੋ ਨੌ ਨਿੱਧਾਂ ਨੂੰ ਕਿੰਨੇ ਲੋਕ ਪਿੱਛੇ ਭੱਜੇ ਫਿਰਦੇ ਨੇ ਲక్ష్ਮੀ ਦੇ ਪਿੱਛੇ ਭੱਜੇ ਫਿਰਦੇ ਪਾਗਲ ਹੋਏ ਫਿਰਦੇ ਨੇ ਇੱਕ ਦੂਜੇ ਨੂੰ ਮਾਰ ਵੀ ਦੰਦੇ ਹਨ ਇੱਕ ਦੂਜੇ ਨੂੰ ਲੁੱਟ ਵੀ ਲੰਦੇ ਹਨ ਧੋਖਾ ਵੀ ਕਰ ਲੰਦੇ ਹਨ ਮੁਲਖ ਨੂੰ ਬਰਬਾਦ ਕਰ ਦਿੰਦੇ ਹਨ ਬਹੁਤ ਕੁਝ ਲੋਕ ਕਰਦੇ ਹਨ ਪਰ ਇਹ ਚੀਜ਼ਾਂ ਜਿਹੜੀਆਂ ਹਨ ਸਤਿਗੁਰਾਂ ਦੇ ਅੱਗੇ ਚੁੱਪ ਕਰਕੇ ਖੜੀਆਂ ਹਨ ਹੱਥ ਜੋੜ ਕੇ ਸਤਿਗੁਰ ਜੀ ਹੁਕਮ ਕਰਦੇ ਹੋ ਦੇਖੋ ਇਨਸਾਨ ਨੂੰ ਜੇ ਕਿਤੇ ਇਹ ਗਿਆਨ ਸਮਝ ਆ ਜਾਵੇ ਨਾ ਤੇ ਦੇਖੋ ਇਹ ਹੀ ਗੱਲ ਜੇ ਪੱਲੇ ਪੈ ਬੰਨ ਲਵੇ ਨਾ ਕੋਈ ਗੁਰਸਿੱਖ ਤੇ ਮੇਰਾ ਗੁਰੂ ਹੀ ਪਰਮਾਤਮਾ ਹੈ ਤੇ ਮੇਰਾ ਗੁਰੂ ਕੋਲ ਸਭ ਕੁਝ ਹੈ ਮੇਰੇ ਗੁਰੂ ਦੇ ਹੁਕਮ ਵਿੱਚ ਸਭ ਕੁਝ ਚੱਲਦਾ ਹੈ ਤਾਂ ਫੇਰ ਦੇਖੋ ਸਿੱਖ ਨੂੰ ਕਾਦੀ ਗੱਲ ਦਾ ਘਾਟਾ ਹੈ ਕਰਾਮਾਤ ਕੋ ਸਾਗਰ ਭਾਰੀ ਦੇਖੋ ਗੁਰੂ ਮਹਾਰਾਜ ਕਰਾਮਾਤਾ ਦੇ ਸਾਗਰ ਓਸ਼ਣ ਹਨ ਇੰਨੀਆਂ ਸ਼ਕਤੀਆਂ ਹਨ ਸਤਿਗੁਰਾਂ ਦੇ ਵਿੱਚ ਤੇ ਸਤਿਗੁਰਾਂ ਤੇ ਭਰੋਸਾ ਰੱਖਣਾ ਹੀ ਸਿੱਖ ਦਾ ਸਭ ਤੋਂ ਵੱਡ ਭਾਗਾ ਉਹ ਸਮਾਂ ਹੈ ਜਦੋਂ ਗੁਰਸਿੱਖ ਆਪਣੇ ਗੁਰੂ ਤੇ ਸ਼ਰਧਾ ਕਰਦਾ ਹੈ ਜੋ ਗੁਰੂ ਨਾਲ ਪ੍ਰੇਮ ਕਰਦਾ ਹੈ ਬੂੰਦ ਸਮਾਨ ਜਾਨ ਨਹਿ ਪਿਆਰੀ ਦੇਖੋ ਇੱਕ ਬੂੰਦ ਜਿੰਨਾ ਵੀ ਸਤਿਗੁਰੂ ਜੀ ਉਹ ਸ਼ਕਤੀਆਂ ਨਾਲ ਪ੍ਰੇਮ ਨਹੀਂ ਕਰਦੇ ਉਹਨਾਂ ਵੱਲ ਆਪਣਾ ਧਿਆਨ ਨਹੀਂ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰ ਜੇ ਕੋਈ ਗੁਰਸਿੱਖ ਬਾਬਾ ਅਮਰਦਾਸ ਜੀ ਦੀ ਤਰ੍ਹਾਂ ਖੁਸ਼ ਕਰ ਲਵੇ ਨਾ ਤਾਂ ਉਹਦੀ ਝੋਲੀ 'ਚ ਸਭ ਕੁਝ ਪਾ ਦਿੰਦੇ ਹਨ ਕਭੋ ਨਾ ਹਿਤ ਕਰਕੇ ਸਹੋਂ ਦਿਖਾਈ ਕਹਿਣ ਕਿ ਕਿਦੇ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਹਿਤ ਕਰਕੇ ਪ੍ਰੇਮ ਕਰਕੇ ਦਿਖਾਇਆ ਨਹੀਂ ਕਿਸੇ ਨੂੰ ਇਹ ਸਭ ਕੁਝ ਦੇਖੋ ਸਤਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਪ੍ਰੇਮ ਜੋ ਸਤਗੁਰਾਂ ਨਾਲ ਪ੍ਰੇਮ ਕਰਦਾ ਨਾ ਦਿਖਾਈ ਉਹਨਾਂ ਨੂੰ ਹੀ ਦੰਦਾ ਹੈ ਮਨਹੋ ਸਮੀਪ ਨਾ ਏਵ ਛਪਾਈ ਦੇਖੋ ਮਨਹੋ ਸਮੀਪ ਨਾ ਇਹ ਮਹਾਰਾਜ ਤਾਂ ਇਸ ਤਰ੍ਹਾਂ ਦਿਖਾਉਂਦੇ ਵੀ ਸਾਡੇ ਵਿੱਚ ਕੋਈ ਸ਼ਕਤੀ ਨਹੀਂ ਸਭ ਉਹ ਕੁਝ ਵੀ ਨਹੀਂ ਹੈ ਇਹੀ ਦਿਖਾਉਂਦੇ ਹਨ ਇਸ ਤਰ੍ਹਾਂ ਛਪਾ ਕੇ ਰੱਖਦੇ ਹਨ ਅਜਰ ਜਰਨ ਸ੍ਰੀ ਅੰਗਦ ਜੈ ਜੀ ਦੇਖੋ ਇਹ ਅਜਰ ਸ਼ਕਤੀਆਂ ਇਹ ਅਜਰ ਤਾਕਤ ਜਿਹੜੀ ਹੈ ਇਹ ਜਿਹੜੀ ਹਨ ਅਨਲਿमिटेड ਪਾਵਰਸ ਜਿਹੜੇ ਹਨ ਇਹਨਾਂ ਨੂੰ ਕੋਈ ਝਰ ਨਹੀਂ ਸਕਦਾ ਪਰ ਸਤਿਗੁਰ ਨੇ ਝਰ ਕੇ ਬੈਠੇ ਹਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਭੂਤ ਭਵੇਖ ਨਾ ਅਬ ਨਾ ਤੈਸੇ ਦੇਖੋ ਨਾ ਭੂਤ ਭਵੇਖ ਨਾ ਪਿਛਲੇ ਸਮਿਆਂ ਚ ਨਾ ਅਗਲੇ ਸਮਿਆਂ ਵਿੱਚ ਇਹ ਜਿਹੜਾ ਅੱਬ ਇਹ ਪ੍ਰੈਜ਼ੈਂਟ ਸਮੇਂ ਦੇ ਵਿੱਚ ਵੀ ਐਸਾ ਨਹੀਂ ਕੀਤਾ ਸਤਿਗੁਰਾਂ ਨੇ ਕਿਦੇ ਵੀ ਆਪਣੇ ਜੀਵਨ ਵਿੱਚ ਇਹ ਹੀ ਨਾਮ ਰੱਖਿਆ ਦੋਹਰਾ ਰਚਨ ਸੰਗਾਰਣ ਲੋਕਤਰ ਅਸ ਸ਼ਕਤੀ ਕੋਪਾਇ ਦੇਖੋ ਇੰਨੀ ਸ਼ਕਤੀ ਨੂੰ ਰੱਖਣ ਵਾਲੇ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕੇ ਤਿੰਨੇ ਦੁਨੀਆ ਨੂੰ ਉਹ ਜਿਹੜਾ ਐਨੀ ਟਾਈਮ ਜਿਹੜਾ ਹਨ ਕੁਝ ਵੀ ਸਮੇਂ ਦੇ ਵਿੱਚ ਉਹਨੂੰ ਖਤਮ ਕਰਕੇ ਡਿਸਟਰੋਏ ਕਰਕੇ ਰੀਬਿਲਡ ਕਰ ਸਕਦੇ ਹਨ ਰੀਕਰੀਏਟ ਸਭ ਕੁਝ ਕਰ ਸਕਦੇ ਹਨ ਇੰਨੀ ਸ਼ਕਤੀ ਦੇ ਮਾਲਕ ਹਨ ਗੁਰੂ ਅੰਗਦ ਦੇਵ ਜੀ ਨੇ ਪਾਲੇ ਨਾਰਨੇ ਤੇ ਦੁਖ ਸਹ ਹੈ ਧੰਨ ਗੁਰੂ ਸੁਖਦਾਇ નિਭਲ ਨਰਨ ਤੇ ਦੁਖ ਸਹ ਉਹਨਾਂ ਦੇ ਸਿੱਖ ਹੋ ਕੇ ਕਹਿੰਦੇ ਦੇਖੋ ਨਾ ਨਿਭਲ ਨਰਨਤੇ ਦੁੱਖ ਸਹੈਂ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਲੋਕਾਂ ਦੇ ਕਈ ਵਾਰੀ ਤਾਣੇ ਵੀ ਸੁਣ ਲੈਂਦੇ ਹਨ ਕੋਈ ਆ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਦਾਤ ਕੀਤੀ ਪੂਰੀ ਨਹੀਂ ਹੋਈ ਤੁਸੀਂ ਕੀ ਕੀਤਾ ਜੀ ਕਿੰਨਾ ਕੁਝ ਸੁਣ ਲੈਂਦੇ ਹਨ ਕਹਿੰਦੇ ਮਹਾਰਾਜ ਜੀ ਐਸੇ ਚੱਲਦੇ ਹਨ ਜਿਵੇਂ ਨਿਰਬਲ ਕੋਈ ਆਮ ਇਨਸਾਨ ਹੁੰਦਾ ਹੈ ਜਿਹਦੇ ਵਿੱਚ ਕੋਈ ਤਾਕਤ ਨਹੀਂ ਹੁੰਦੀ ਕਹਿੰਦੇ ਦੁੱਖ ਵੀ ਸਹਿ ਲੈਂਦੇ ਹਨ ਜੇ ਕੋਈ ਜਿਹੜਾ ਹੈ ਨਿੰਦਿਆ ਕਰਦਾ ਉਹਦੀ ਨਿੰਦਿਆ ਵੀ ਸੁਣ ਲੈਂਦੇ ਹਨ ਕਹਿੰਦੇ ਇਸ ਕਰਕੇ ਹੀ ਧੰ ਗੁਰੂ ਸੁਖਦਾਏ ਤੰਨੇ ਹੰਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੋ ਸੁੱਖਾਂ ਦੇ ਦਾਤੇ ਹਨ ਮਹਾਰਾਜ ਜੀ ਐਸੇ ਹਨ ਜਿਨ੍ਹਾਂ ਦੀ ਵਡਿਆਈ ਕਹੀ ਨਹੀਂ ਜਾਂਦੀ ਐਸੇ ਜਿਹੜੇ ਹਨ ਜਸ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਦਾ ਇਹ ਪ੍ਰਸੰਗ ਵਿੱਚ ਆਇਆ ਜਿਨ੍ਹਾਂ ਦੇ ਕਿ ਤਤ ਜਿਹੜੇ ਹਨ ਤਤ ਜਿਹੜੇ ਹਨ ਗਿਆਨ ਸਤਗੁਰਾਂ ਨੇ ਬਖਸ਼ਿਸ਼ ਕੀਤਾ ਆਪਣੀ ਸਿੱਖਾਂ ਨੂੰ ਰਚਨਾ ਸੰਗਾਰਨ ਲੋਕ ਤਰਾ ਅਸਸਖਤੀ ਕੋ ਪਾਏ ਨੇ ਬਲ ਨਰਨ ਤੇ ਦੁਖ ਸਹ ਧੰਨ ਗੁਰੂ ਸੁਖਦਾਏ ਵਾਹਿਗੁਰੂ ਜੀ ਕਾ ਖਾਲਸਾ